ਜਦੋਂ ਹਸਬੰਡ ਤੇ ਵਾਈਫ ਦੀ ਲੜਾਈ ਹੁੰਦੀਆਂ ਨਾ ਤੇ ਜ਼ਿਆਦਾਤਰ ਕੀ ਹੁੰਦਾ ਹੈ ਕਿ ਵਾਈਫ ਜੋ ਹੈ ਉਸ ਲੜਾਈ ਚ ਪਿਛਲੇ ਸਾਰੇ ਮਸਲੇ ਐਡ ਆਨ ਕਰ ਦਿੰਦੀ ਹੈ। ਮਸਲੇ ਹੱਲ ਵੀ ਕੀਤੇ ਹੁੰਦੇ ਹਨ ਨਾ ਜਿਹੜੀਆਂ ਗੱਲਾਂ ਕਲੀਅਰ ਕੀਤੀਆਂ ਹੁੰਦੇ ਨੇ ਉਹ ਵੀ ਸੁਣਾਈ ਦਿਆਂ ਦੇ ਨਾਲ ਲੱਗ ਕਿਉਂ? ਸਾਨੂੰ ਯਾਦ ਰਹਿੰਦਾ ਮੈਮਰੀ ਆ ਸਾਡੀ ਇੰਨੀ ਤੇਜ ਕਿਸੇ ਦੀ ਗਲਤੀ ਕਿਸੇ ਦਾ ਗੁੱਸਾ ਕੱਢਣਾ ਸਭ ਤੋਂ ਵੱਧ ਮੈਂ ਮਤਲਬ ਅਵੋਇਡ ਹੀ ਕਰੇ ਇਸ ਚੀਜ਼ ਨੂੰ ਮੈਮੇ ਕਿੰਨਾ ਪਰੇਸ਼ਾਨ ਹੈ ਇਸ ਗੱਲ ਮੈਨੂੰ ਦਿਲਜੀਤ ਤੋਂ ਸਾਂਝ ਅਮਰਿੰਦਰ ਗਿੱਲ ਤੇ ਗਿੱਪੀ ਗਰੀਵਾਲ ਪਤਾ ਸੀ ਔਰ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੈਂ ਐਮੀ ਵਰਕ ਨੂੰ ਦੇਖਿਆ ਔਰ ਇਹਦੇ ਪਿੱਛੇ ਚਾਰ ਬੰਦੇ ਆ ਰਹੇ ਮੈਂ ਕਿਹਾ ਬੰਦਾ ਕੌਣ ਹੈ ਨਾ ਇੰਨੀ ਟੋਰ ਨਾਲ ਆਇਆ ਹੈ ਨਾ ਆਏ ਆ ਮੈਂ ਕੀ ਯਾਰ ਜੇ ਕੰਮ ਦੇ ਦੌਰਾਨ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਸੀ ਅਮਰਿੰਦਰ ਗਿੱਲ ਨੂੰ ਹੈ ਨਾ ਉਹ ਪੂਰਾ ਦਿਨ ਸ਼ੂਟ ਕਰਕੇ ਆਇਆ ਸੀ ਤੁਸੀਂ ਇਮੇਜਿਨ ਕਰ ਸਕਦੇ ਮੈਂ ਅਮਰਿੰਦਰ ਗਿੱਲ ਨੂੰ ਪੁੱਛਿਆ ਹੈਲੋ ਲੂਡੋ ਖੇលੂਗੇ ਜਦੋਂ ਸ਼ੁਰੂਆਤ ਹੁੰਦੀ ਕਿਸੇ ਰਿਲੇਸ਼ਨ ਦੀ ਉਦੋਂ ਤੁਹਾਨੂੰ ਮਾਤਾਂ ਦਾ ਨਹੀਂ ਪਤਾ ਹੁੰਦਾ ਸਾਹਮਣੇ ਉਹ ਇੱਕ ਸਰਟਨ ਟਾਈਮ ਤੋਂ ਬਾਅਦ ਹੌਲੀ 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 ਗੱਲਾਂ ਦਾ ਪਤਾ ਲੱਗਦਾ ਜਾਂਦਾ ਪਤਾ ਲੱਗਦਾ ਰਹਿੰਦਾ ਫਿਰ ਉਸ ਤੋਂ ਬਾਅਦ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਅੱਛਾ ਆਪਾਂ ਸਾਰੇ ਬਾਲੀਵੁੱਡ ਹਨਾ ਦੇਖਦੇ ਹਾਂ ਨਾ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਸ਼ਾਹਰੂਖ ਖਾਨ ਹੀ ਮਿਲੂਗਾ ਘਰੇ ਅੱਛਾ ਘਰੇ ਤਾਂ ਕਿਸੇ ਨੂੰ ਸ਼ਾਹਰੂਖ ਖਾਨ ਨਹੀਂ ਮਿਲਦਾ ਉਹ ਤਾਂ ਮਿਲ ਨਹੀਂ ਰੱਖ ਲੈਂਦੇ ਹਾਂ ਵੀ ਛੱਡ ਕੇ ਚੱਲ ਜੂਗਾ ਅਮੀ ਬਾਈ ਦਾ ਸਿਰਾ ਹੀ ਲਾਉਂਦੇ ਯਾਰ ਸਾਰੀ ਮੂਵੀ 'ਚ ਵੀ ਗਾਣਿਆਂ 'ਚ ਵੀ ਸਾਰੇ ਪਾਸੇ ਸਿਰਾ ਹੀ ਆ ਪੱਗ ਬਹੁਤ ਸੋਹਣੀ ਬੰਦਾ ਬਾਈ ਬਰ ਇੱਕ ਤਾਂ ਉਹਨਾਂ ਦੀ ਪੱਗ ਬੰਨਣ ਦਾ ਸਟਾਈਲ ਬਹੁਤ ਸੋਹਣਾ ਲੱਗਦਾ ਮੁੱਚਾਂ ਘੈਂਟ ਨੇ ਬਾਈ ਦੀਆਂ ਅਮੀ ਬਿਰਕ ਬੜੇ ਨੇਚਰ ਬਹੁਤ ਵਧੀਆ ਲੱਗਦਾ ਵਾ ਭਾਈ ਇੱਕ ਕਮੇਡੀ ਦਾ ਸਵਾਦ ਦਵਾ ਹੀ ਦਿੰਦੇ ਆ ਬਸ ਤੇ ਬਾਈ ਦਾ ਬੋਲਣ ਦਾ ਸਟਾਈਲ ਹੈ ਜਿਹੜਾ ਬਹੁਤ ਹੀ ਵਧੀਆ ਹੈਗਾ ਬਾਈ ਦਾ ਸਰਗੁਣ ਮੈਂ ਤਾਂ ਉਹਦੀ ਐਕਟਿੰਗ ਬੜੀ ਘਾਟ ਆ ਐਕਟਿੰਗ ਵੀ ਬਹੁਤ ਵਧੀਆ ਨਾਲੇ ਸਿੰਪਲਿਸਿਟੀ ਦੇ ਦਿੱਤੀ ਬਹੁਤ ਉਹਨਾਂ ਦੀ ਡਾਊਨ ਟੂ ਅਰਥ ਨੇ ਕੀ ਬਤਾਓ ਆਪ ਕਿਸਮਤ ਸੇ ਉਹ ਕਿਸਮਤ ਮੇਂ ਦਿਖ ਗਈ ਪਹਿ उसके बाद तो इंस्टाग्राम फेसबुक ट्विटर सब जगह फॉलो 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 बस यही देखते रहता हूँ कि कब वो अपने अपलोड करे कुछ अपडेट्स से उम्मीद करता हूँ कि आगे भी उनके अच्छे फिल्में देखने को मिलेगी और डायलॉग है डायलॉग डिलीवरी तोटनेस जोड़ी थोड़ी आवाज़ है वो लिटरली लाजवाब है ਇਹ ਤਾਂ ਮਤਲਬ ਹਰ ਕੋਈ ਮੁੰਡਾ ਬਸ ਇੱਕੋ ਹੀ ਕਹਿੰਦਾ ਹਾਏ ਸਰਗੁਣ ਸਰਗੁਣ ਮਹਿਤਾ ਦੀ ਆਵਾਜ਼ ਹੈ ਜਿਹੜੀ ਬਹੁਤ ਵਧੀਆ ਹੈ ਐਮੀ ਵੀਰਕ ਨੇ ਉਹਨਾਂ ਨੇ ਜੋੜੀ ਬੜੀ ਕੈਟ ਲੱਗਦੀ ਹੈ ਆਪਾਂ ਉਹਨਾਂ ਦੀ ਕਿਸਮਤ ਵੇਖੀ ਕਿਸਮਤ ਟੂ ਵੇਖੀ ਉਹਨਾਂ ਦੀ ਮਤਲਬ ਕੈਮਿਸਟਰੀ ਬਹੁਤ ਹੋਣੀ ਹੈ ਉਹ ਜੋੜੀ ਹੈ ਕਿ ਮੈਨੂੰ ਕਹਿੰਨੇ ਆ ਨਾ ਜੋੜੀ ਚੱਦੀ ਉਹਨਾਂ ਦੀ ਐਕਟਿੰਗ ਤਾਂ ਨੇ ਵਧੀਆ ਕਰਦੇ ਨੇ ਹਨਾ ਨਵਾਂ ਦੀ ਐਕਟਿੰਗ ਵਧੀਆ ਹੁੰਦੀ ਆ ਬਾਕੀ ਉਹ ਨਿਮਰਤ ਖੈਰ ਆ ਗਈ ਹੁਣ ਤਾਂ ਸੇਰਾ ਹੀ ਹੋ ਜਾਣਾ ਹਾਂਜੀ ਹਾਂਜੀ ਜ਼ਰੂਰ ਜਾਵਾਂਗੇ ਜੀ ਫਰਸਟ ਡੇ ਫਰਸਟ ਉਹ ਦੇਖਾਂਗੇ ਜੀ ਪਹਿਲਾ ਸ਼ੋਅ ਹੀ ਦੇਖਣਾ ਅਸੀਂ ਬਹੁਤ ਸਹੀ ਫੀਲਿੰਗ ਹੈ ਮਤਲਬ ਇਹ ਉਹ ਲੋਕ ਨੇ ਜੋ ਤੁਹਾਨੂੰ ਕਦੇ ਮਿਲੇ ਨਹੀਂ ਹੈਗੇ ਕਦੇ ਗੱਲਬਾਤ ਨਹੀਂ ਕੀਤੀ ਬਟ ਸਟਿਲ ਦੇ ਲਵ ਯੂ ਸੋ ਮਚ ਐਂਡ ਵੋਡ ਯੂ ਵਾਂਟ ਟੂ ਸੇ ਅਬਾਊਟ ਇਟ ਉਹ ਜੈਬਰਾ ਫੈਨ ਹੋ ਗਿਆ ਨਾ ਜਿਹੜਾ ਉਹਨੂੰ ਮੈਂ ਲੱਭੂ ਇੰਸਟਾਗ੍ਰam ਤੇ ਐਂਡ ਐਮੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਬਹੁਤ ਪਿਆਰ ਵੀਰਾਂ ਨੂੰ ਭਰਾਵਾਂ ਨੂੰ ਸਾਡਿਆਂ ਨੂੰ ਮਤਲਬ ਧੰਨਵਾਦੀ ਕਰ ਸਕਦੇ ਹਾਂ ਸ਼ੁਕਰਾਨਾ ਉਸ ਵੈਗਰੂ ਦਾ ਕਰ ਸਕਦੇ ਹਾਂ ਰੱਬ ਦਾ ਤੇ ਜਿਹੜਾ ਇਹਨਾਂ ਸਾਨੂੰ ਪਿਆਰ ਮਿਲਦਾ ਸਾਰੇ ਲੋਕਾਂ ਨੂੰ ਤੇ ਭਾਵੇਂ ਪੰਜਾਬੀਜ਼ ਨੇ ਭਾਵੇਂ ਨਾਨ ਪੰਜਾਬੀਜ਼ ਨੇ ਜਾਂ ਪੰਜਾਬੀ ਜਿੱਥੇ ਵੀ ਬੈਠੇ ਨੇ ਜਿਹੜੇ ਜਿਹੜੇ ਸਾਡੇ ਗਾਣੇ ਸੁਣਦੇ ਆ ਫਿਲਮਾਂ ਦੇਖਦੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬਹੁਤ 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 ਮੁਬਾਰਕਾ ਫਿਲਮ Song กัน Song กัน ਦੇ ਲਈ ਐਂਡ ਆਈ ਵੈਲਕਮ ਯੂ ਬੋਥ ਟੂ ਆਰ ਸ਼ੋ ਸਭ ਪਤਾ ਹੈ ਜਦੋਂ ਆਪ ਕੰਮ ਕਰੋਗੇ ਹਾਂਜੀ ਉਹ ਵੀ ਇਹ ਮੀ ਵਰਕ ਨੂੰ ਪੇਜੋਗੇ ਜਿੱਥੇ ਮੇਰੀ ਤਾਰੀਫ ਹੋ ਰਹੀ ਸੀ ਕਿਉਂਕਿ ਲੋਕਾਂ ਨੇ ਮੇਰੀ ਆਵਾਜ਼ ਦੀ ਤਾਰੀਫ ਕੀਤੀ ਰੋਜ਼ ਸਵੇਰੇ ਉਹਨੂੰ ਗਾਣੇ ਦੀ ਨਹੀਂ ਕਹੀ ਉਹਨਾਂ ਨੇ ਡਾਇਲੌਗਸ ਦੀ ਆਵਾਜ਼ ਦੀ ਮੇਰੀ ਆਵਾਜ਼ ਸੁਣਨੇ ਆ ਜਾ ਸਕੋ ਡਾਇਲੌਗਸ ਕਹੀ ਉਹਨਾਂ ਨੇ ਆਵਾਜ਼ ਦਾ ਮਤਲਬ ਵੀ ਬੋਲਦੇ ਉਹਨਾਂ ਨੇ ਗਾਉਂਦੀ ਸੁਣੀ ਨਹੀਂ ਨਾ ਇਹ ਸੇਮ ਹੀ ਕਹਿਣਗੇ ਵੀ ਆ ਕੇ ਮੇਰੀ ਆਵਾਜ਼ ਦੀ ਵੀ ਮਜ਼ਾਕ ਉਡਾਉਂਦਾ ਓਕੇ ਮੈਂ ਆਵਾਜ਼ ਦਾ ਨਹੀਂ ਬਹੁਤ ਅਕਦੇ ਪੂਜਾਇਆ ਗਾਉਣ ਦਾ ਬਹੁਤ ਅਕਦੇ ਕਹਿੰਦਾ ਅਬਟ ਜਦੋਂ ਟ੍ਰੇਲਰ ਚ ਵੇਖਿਆ ਕਿ ਤੁਸੀਂ ਤੇ ਨਿਮਰਤ ਦੋਵੇਂ ਜਾਣੇ ਲੜਨ ਤੋਂ ਬਾਝ ਨਹੀਂ ਆ ਰਹੇ ਐਂਡ ਐਮੀ ਵਿਚਾਰੇ ਵਿੱਚ ਫਸੇ ਪਏ ਨੇ ਬਟ ਸ਼ੂਟਿੰਗ ਦੇ ਦੌਰਾਨ ਇਹੋ ਜਿਹਾ ਸੀਨ ਕਰਦੇ ਹੋਏ ਸੱਚੀ ਐਵੇਂ ਹੋਇਆ ਕਿ ਕਿਸੇ ਦੀ ਸੱਚੀਓ ਵੱਜ ਗਈ ਹੋਵੇ ਜੀ ਵੱਜਦੀਆਂ ਨੇ ਲਿਟਰਲੀ ਤੇ ਜਿਹੜਾ ਮੈਂ origignal cooler ਚ ਵੱਜਿਆ ਉਹ ਸੱਚੀ ਵੱਜਿਆ ਆ ਤੇ ਮਾੜਾ ਮੋਟਾ ਤਾਂ ਵੇਖੋ ਚੱਲਦਾ ਰਹਿੰਦਾ ਉਹ ਤਾਂ ਇਹ ਮਤਲਬ ਸੋਹਣਾ ਵੀ ਤਾਂ ਲੱਗੂਗਾ ਰੀਅਲ ਵੀ ਤਾਂ ਲੱਗੂਗਾ ਨਹੀਂ ਤਾਂ ਫੇਕ ਜਿਹਾ ਲੱਗਦਾ ਇਨਾਂ ਦੇ ਵੀ ਮਤਲਬ ਵਾਪਸ ਦੇ ਵਿੱਚ ਹੁਣ ਜਿਵੇਂ ਕਦੇ ਕਿਸੇ ਤੇ ਕੋਈ ਪਾਣੀ ਦਾ ਮੂੰਹ ਤੇ ਜੱਗ ਮਾਰਨਾ ਕਦੇ ਕੋਸ਼ ਕਰਨਾ ਕਦੇ ਕੋਸ਼ ਕਰਨਾ ਪਾਣੀ ਪਾਉਣਾ ਇੱਕ ਦੂਜੇ ਤੇ ਵਾਲ ਖੋਣੇ ਗੁੱਤਾਂ ਪਟਣੀਆਂ ਇੱਕ ਦੂਜੇ ਦੇ ਉਹ ਓਰੀਜਨਲੀ ਸੀ ਇਹਨਾਂ ਦੇ ਹਾਲ ਦੇਖਣ ਵਾਲੇ ਹੁੰਦੇ ਸੀ ਉੱਥੇ ਨਿਮਰਤ ਮੈਨੂੰ ਰਿਹਰਸਲ 'ਚ ਵੀ ਮੇਰੇ ਮੂੰਹ ਤੇ ਪਾਣੀ ਸੱਟ ਦੇਣੀ ਸੀ ਇਹ ਨਹੀਂ ਹੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿੰਨੇ ਵਾਰ ਇਹਨਾਂ ਦੇ ਰਿਹਰਸਲ ਤੇ ਸਿੱਟਿਆ ਮੈਂ ਕਿਹਾ ਅਜੇ ਤਾਂ ਚੈੱਕ ਕਰਦੇ ਆ ਤੇ ਆਪਾਂ ਮਤਲਬ ਆਪਾਂ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਜੋ ਵੀ ਕਰਨਾ ਹੈ ਮੈਂ ਤੇ ਨਿਮਰਤ ਦੇ ਵਿੱਚ ਵੀ ਕਿ ਲੜਾਈ ਹੋਏ ਨਾ ਫੇਕ ਜੀ ਨਾ ਲੱਗੇ ਕਿ ਹੂ 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 ਵਾਲੀ ਨਾ ਲੱਗੇ ਹੈਨਾ ਕਿਉਂਕਿ ਓਵੇਂ ਦੀ ਬੁੜੀਆਂ ਲੜਦੀਆਂ ਨਹੀਂ ਜਦੋਂ ਲੜਨ ਤੇ ਆ ਜਾਂਦਾ ਫਿਰ ਉਹ ਪੱਟਦੀਆਂ ਹੈਨਾ ਸਾਨੂੰ ਨਹੀਂ ਪਤਾ ਸੀ ਆਪਾਂ ਕੀ ਕਰਾਂਗੇ ਜਦੋਂ ਉਹਨਾਂ ਨੇ ਐਕਸ਼ਨ kiya ਆਪਾਂ ਪੱਟਨ ਤੇ ਲੱਗ ਗਏ ਇੱਕ ਦੂਜੇ ਨੂੰ ਬਾ ਕਿਹਾ ਕਿ ਆਪਾਂ ਲਿਟਰਲੀ ਪੂਰਾ ਕਰਨਾ ਹੈ ਸਾਡੀ ਗੁੱਤਾਂ ਪੱਟ ਦਰਦ ਹੁੰਦਾ ਸੀ ਸਾਨੂੰ ਬਟ ਉਹੀ ਮੈਨੂੰ ਲੱਗਦਾ ਉਹ ਰੀਅਲ ਲੱਗਦਾ ਤੁਹਾਡੇ ਦੋਵਾਂ ਦੀ ਪੰਜਾਬੀ ਫਿਲਮ ਕੈਰੀਅਰ ਦੀ ਸ਼ੁਰੂਆਤ ਜੋ ਹੈ ਉਹ ਅੰਗਰੇਜ਼ ਫਿਲਮ ਤੋਂ ਹੋਈ ਹੈ ਐਂਡ ਪ੍ਰੋਫੈਸ਼ਨਲੀ ਆਪਾਂ ਤੁਹਾਨੂੰ ਬਹੁਤ ਗਰੋ ਕਰਦੇ ਵੇਖਿਆ ਸਟੈਪ ਬਾਈ ਸਟੈਪ ਬਟ ਪਰਸਨਲੀ ਤੁਹਾਡੇ ਤੁਸੀਂ ਦੋਵਾਂ ਨੇ ਮੇਜਰਲੀ ਕੋਈ ਚੇਂजेस ਇੱਕ ਦੂਜੇ ਚ ਨੋਟਿਸ ਕੀਤੇ ਹੋਣ ਜੋ ਸਰਗੁਣ ਤੁਸੀਂ ਨੋਟਿਸ ਕਰਕੇ ਕਹਿੰਦੇ ਹੋ ਕਿ ਆਮੀ ਯਾ ਇਨੇ ਸਾਲ ਪਹਿਲਾਂ ਨਾ ਤੂੰ ਇੰਜ ਨਹੀਂ ਹੁੰਦਾ ਸੀ ਬਟ ਆ ਚੇਂਜ ਆ ਗਿਆ ਤੇਰੇ ਚ ਯਾ ਐਮੀ ਕਹਿੰਦੇ ਹੋਣ ਕਿ ਸਰਗੁਨ ਆ ਚੀਜ਼ ਬਦਲ ਗਿਆ ਤੇਰੇ ਚ ਨਹੀਂ ਮਤਲਬ ਮੈਂ ਮੋਟੇ ਤੋਂ ਪਤਲਾ ਜ਼ਰੂਰ ਹੋ ਗਿਆ ਪਰ ਇਹ ਸੇਮ ਹੀ ਹੈ ਸ਼ੁਰੂ ਤੋਂ ਨੇਚਰ ਚ ਯਾ ਨੇਚਰ ਵੀ ਨਹੀਂ ਸਾਡਾ ਗਰੋ ਹੋਈ ਹੈ ਯਾਰੀ ਦੋਸਤੀ ਮਤਲਬ ਡੇ ਬਾਏ ਡੇ ਡੇ ਬਾਏ ਡੇ ਕੰਮ ਕਰ ਕਰ ਕੇ ਕਰ ਕਰ ਕੇ ਮਿਲ ਮਿਲ ਕੇ ਸੋ ਮਤਲਬ ਵੈਸੇ ਐ ਸੱਚ ਅਸੇ ਕੁਝ ਚੇਂਜ ਹੁੰਦਾ ਨਹੀਂ ਦੇਖੇ ਬੇਬਣ ਪਤਾ ਆਪਾਂ ਲੜੇ ਵੀ ਬਹੁਤ ਆ ਆਪਾਂ ਪਿਆਰ ਵੀ ਬਹੁਤ ਕੀਤਾ ਮਤਲਬ ਗੁੱਸੇ ਰਾਜੀ ਵੀ ਹੋਏ ਆ ਮਤਲਬ ਗੱਲਾਂ ਵੀ ਮੰਚ ਆਉਂਦੀਆਂ ਨੇ ਬਈ ਪਰ ਸਾਡਾ ਇਹ ਫਾਇਦਾ ਹੈ ਸਾਡਾ ਅਸੀਂ ਦੋ ਇਹ ਆ ਤੀਜਾ ਜਗਦੀਪ ਲਾ ਲਈ ਅਸੀਂ ਸਾਡਾ ਦੋਸਤ ਤੇ ਸਾਡਾ ਮਤਲਬ ਪੋਜ਼ਿਟਿਵ ਪੁਆਇੰਟ ਇਹ ਅਸੀਂ ਕਲੀਅਰ ਕਰ ਲੈਨੇ ਆ ਭਾਵੇਂ ਉਹ ਅੱਜ ਹੋਵੇ ਭਾਵੇਂ ਸਾਲ ਬਾਅਦ ਹੋ ਜੇ ਗੱਲ ਅਸੀਂ ਕਰ ਲੈਨੇ ਆ ਕਿ ਜਦੋਂ ਤੁਸੀਂ ਮਨ 'ਚ ਰੱਖਦੇ ਹੋ ਨਾ ਕੋਈ ਚੀਜ਼ ਉਹ ਪ੍ਰੋਬਲੈਮੈਟਿਕ ਹੈ ਹਮ ਆਪਾਂ ਕੋਈ ਇੱਕ ਦਿਨ ਕੱਢ ਕੇ ਸਾਰੀਆਂ ਗਾਲਾਂ ਇੱਕ ਦੂਜੇ ਨੂੰ ਕੱਢ ਕੇ ਸਾਰਾ ਰੋਣਾ ਰੂਣਾ ਕਰਕੇ ਫਿਰ ਅੰਜ ਨੇ ਓਕੇ ਹੁਣ ਹੋ ਗਿਆ ਹੋ ਗਿਆ ਅੱਗੇ ਚੱਲੋ ਹੁਣ ਅੱਗੇ ਬਤੋ ਤੇ ਤੁਹਾਨੂੰ ਛੋਟੀਆਂ ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਵੀ ਹੁੰਦੀ ਹੋਊਗੀ ਤੁਹਾਨੂੰ ਵੀ ਹੋਈਆਂ ਆਉਣਗੀਆਂ ਜੱਗੀ ਤੋਂ ਵੀ ਹੁੰਦੀਆਂ ਬਟ ਉਹ ਮੰਨਦਾ ਘੱਟ ਆ ਅਸੀਂ ਮੰਨ ਜਾਂਦੇ ਜਿੱਥੇ ਮੰਨਦਾ ਨਹੀਂ ਲੜਦਾ ਬਹੁਤ ਜਲਦੀ ਮੰਨ ਜਾਂਦੇ ਆਪਾਂ ਮੈਂ ਤੇ ਅਮੀ ਤਾਂ ਮਤਲਬ ਹੁਣੇ ਤੇ ਤੁਹਾਨੂੰ ਤੁਹਾਡੇ ਦੋਵਾਂ ਦੀ ਪਹਿਲੀ ਮੁਲਾਕਾਤ ਯਾਦ ਹੈ ਕਦੋਂ ਕਿੱਥੇ ਤੇ ਕਿਵੇਂ ਹੋਈ ਸੀ ਉੱਤੀ ਹੋਈ ਸੀ ਅੰਗਰੇਜ਼ ਤੇ ਸੀਦਾ ਸੀ ਮਗਰੇ ਦੇ ਸਾਹਦੇ ਸੁਦਾ ਮਿਲੇ ਸੀ ਤੇ ਤੁਹਾਡਾ ਫਰਸਟ ਰਿਐਕਸ਼ਨ ਕੀ ਸੀ ਸਰਗੁਨ ਨੂੰ ਵੇਖ ਕੇ ਐਸਾ ਚਾ ਨਾ ਉਦੋਂ ਇਹ ਸੀਗਾ ਮਾਹੌਲ ਮੇਰਾ ਵੀ ਡੈਬਿਊ ਸੀਗਾ ਤੇ ਸਰਗੁਨ ਨੂੰ ਪੰਜਾਬ ਚ ਮਤਲਬ ਮੈਂ ਨਹੀਂ ਸੁਝਾਂਦਾ ਮੇ ਵੀ ਜਿਹੜੇ ਸੀਰੀਅਲ ਦੇਖਦੇ ਨੇ ਹੋਰ ਲੋਕ ਆਪਣੇ ਪਿੰਡਾਂ ਜਿਹੜੇ ਉਹ ਸਰਗੁਨ ਨੂੰ ਜਾਣਦੇ ਹੋਣਗੇ ਤੇ ਫਿਲਮ ਲਾਈਨ ਕਰਕੇ ਕਿਉਂਕਿ ਆਪਾਂ ਵੈਸੇ ਵੀ ਬਿਜ਼ੀ ਰਹਿੰਦੀ ਸੀ ਗਾਣੇ ਗੁਣੇ ਤੇ ਪਿਛਲੇ ਉਦੋਂ 2-3 ਸਾਲ ਪਹਿਲਾਂ ਮੈਂ ਗਾਉਣ ਲੱਗ ਗਿਆ ਸੀ ਤੇ ਗਾਣੇ ਵਾਲੇ ਬਸੇ ਧਿਆਨ ਸੀਗਾ ਜਿਆਦਾ ਤੇ ਮੈਂ ਐਸਾ ਜਾਣਦਾ ਨਹੀਂ ਸੀ ਤੇ ਮੇਰਾ ਵੀ ਡੈਬਿਊ ਸੀ ਮੈਂ ਤਾਂ ਉਸ ਘਬਰਾਟ ਚ ਫਿਰਦਾ ਸੀਗਾ ਉੱਤੇ ਵੀ ਮੇਰਾ ਡੈਬਿਊ ਮੈਂ ਤਾਂ ਕਿਸੇ ਨੂੰ ਕੀ ਵੇਖਣਾ ਉੱਤੇ ਕੀ ਕਿਸੇ ਨੂੰ ਉਹ ਕਰਨਾ ਤੇ ਪਰ ਉੱਤੇ ਰਾਤ ਨੂੰ ਸੀ ਜਿਹਨਾਂ ਨਾਲ ਮਿਲਦੇ ਹੁੰਦੇ ਸੀਗੇ ਤੇ ਉੱਥੇ ਅਮਰਿੰਦਰ ਭਾਈ ਦੇ ਰੂਮ 'ਚ ਆਲਮੋਸਟ ਇਹ ਨਹੀਂ ਲੱਗੇ ਹੁੰਦਾ ਹੋਣਾ ਨਾਲ ਵਾਲੇ ਕੈਮਰੇ ਤੇ ਉੱਥੇ ਮਿਲਦੇ ਹੁੰਦੇ ਸੀਗੇ ਤੇ ਮਿਲ ਕੇ ਵਧੀਆ ਲੱਗਦਾ ਸੀ ਗੱਲਾਂਬਾਤਾਂ ਕਰਦੇ ਸੀਗੇ ਤੇ ਬਟ ਇਦਾਂ ਉਦੋਂ ਨਹੀਂ ਸੀ ਇਦਾਂ ਸੋਚਦਾ ਸੀ ਤੁਸੀਂ ਮੈਂ ਵੀ ਸਰਗੁਨ ਨਾਲ ਲੀਡ ਤੇ ਆਉਂਗਾ ਕਦੇ ਫਿਲਮ ਕਰੂੰਗਾ ਕੁਝ ਆਪ ਯਾਰ ਉਹ ਉਹ ਤਾਂ ਸੈਕੰਡਰੀਟ ਤੇ ਸੀਗਾ ਹਜੇ ਕੁਝ ਪਤਾ ਹੀ ਨਹੀਂ ਸੀ ਅੱਗੇ ਸੋਚੇ ਨਹੀਂ ਸੀ ਕੁਝ ਪਰ ਹੁਣ ਆਇਆ ਲੱਗਦਾ ਮਾਰ ਕੇ ਰੱਖੇ ਸੁੱਖ ਕੇ ਵਧੀਆ ਕੰਮ ਕਰਾਂਗੇ ਹੋਰ ਐਂਡ ਸਰਗੁਨ ਮੈਂ ਵੀ ਆਮੀ ਵਰਕ ਨੂੰ ਮਤਲਬ ਸੈੱਟ ਤੇ ਪਹਿਲੀ ਵਾਰੀ ਦੇਖਿਆ ਮੈਨੂੰ ਵੀ ਨਹੀਂ ਪਤਾ ਸੀ ਕਿ ਬੰਦਾ ਕੌਣ ਆ ਹੈ ਨਾ ਤੇ ਉਦੋਂ ਆਪਾਂ ਵੀ ਮਤਲਬ ਪੰਜਾਬੀ ਫਿਲਮਾਂ ਇੰਨੀਆਂ ਵੱਡੀਆਂ ਵੀ ਨਹੀਂ ਸੀ ਹੈ ਨਾ ਮੈਂ ਪਹਿਲੀ ਫਿਲਮ ਦੇਖੀ ਸੀ ਜੱਟ ਐਂਡ ਜੂਲੀਅਟ ਮੈਨੂੰ ਦਿਲਜੀਤ ਦੋਸਾਂਝ ਅਮਰਿੰਦਰ ਗਿੱਲ ਤੇ ਗਿੱਪੀ ਗਰੇਵਾਲ ਪਤਾ ਸੀ ਹੋਰ ਮੈਨੂੰ ਕੁਝ ਵੀ ਨਹੀਂ ਪਤਾ ਸੀ ਹੈਨਾ ਜਦੋਂ ਮੈਂ ਸੈੱਟ ਤੇ ਵੀ ਹੋਂ ਤੱਕ ਫਿਲਮ ਹੀ ਨਹੀਂ ਸੀ ਆਈ ਕੋਈ ਹੈਨਾ ਤੇ ਅ ਮੈਂ ਐਮੀ ਵਰਕ ਨੂੰ ਦੇਖਿਆ ਹੋਇਆ ਆ ਰੇ ਇਹਦੇ ਪਿੱਛੇ ਚਾਰ ਬੰਦੇ ਆ ਰਹੇ ਮੈਂ ਕਿਹਾ ਬੰਦਾ ਕੌਣ ਆ ਹੈਨਾ ਤੇ ਉਦੋਂ ਵੀ ਮੈਨੂੰ ਕਿਹਾ ਮੈਂ ਪਹਿਲੀ ਰਾਤ ਹੀ ਜਦੋਂ ਆਪਾਂ ਖਾਣਾ ਖਾ ਰਹੇ ਸੀ ਉੱਧਰ ਹੈਨਾ ਮੈਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਜਿੰਨਾ ਸਟਾਈਲ ਕਿਸੇ ਚ ਨਹੀਂ ਵੇਖਿਆ ਹੈਨਾ ਐਨੇ ਆ ਕੇ ਇਹਦਾ ਪਹਿਲਾ ਉਹ ਗਾਣਾ ਜੇ ਸ਼ੂਟ ਸੀ ਹੈਨਾ ਐਨੇ ਟੋਰ ਨਾਲ ਆਇਆ ਹੈਨਾ ਆਏ ਆ ਮੈਂ ਕਿਹਾ ਯਾਰ ਇਹ ਸਟਾਈਲੀ ਬਹੁਤ ਆ ਹੈ ਨਾ ਉਦੋਂ ਦਾ ਅੱਜ ਤੱਕ ਮੈਨੂੰ ਆ ਲੱਗਦਾ ਹੈ ਕਿ ਪੰਜਾਬੀ ਫਿਲਮਾਂ 'ਚ ਜਿਹੜਾ ਇੱਕ ਸਟਾਈਲ ਕੈਰੀ ਕਰਨਾ ਹੁੰਦਾ ਨਾ ਕਿ ਭਾਵੇਂ ਕੁਝ ਵੀ ਦੇ ਦਿਓ ਤੁਸੀਂ ਐਮੀ ਵਰਕ ਨੂੰ ਉਹਨੇ ਆ ਇਹ ਕੈਰੀ ਕਰਨਾ ਆਪਦੇ ਉੱਤੇ ਹੈ ਨਾ ਬਹੁਤ ਵਧੀਆ ਕੈਰੀ ਕਰਦਾ ਤੇ ਉਹੀ ਮੇਰਾ ਪਹਿਲਾ ਰਿਐਕਸ਼ਨ ਸੀ ਉਹੀ ਅੱਜ ਤੱਕ ਆ ਜਿਵੇਂ ਨਾ ਮੇਰੇ ਕੋਲ ਬਹੁਤ ਸੋਹਣੀ ਮੈਮਰੀ ਹੈ ਕਿ ਮੈਂ ਪਹਿਲੀ ਵਾਰੀ ਨਾ ਅ ਕਿਸੇ ਪੰਜਾਬੀ ਆਰਟਿਸਟ ਨੂੰ ਜਿੰਨੂੰ ਮਿਲੀ ਸੀ ਉਹ ਸੀ ਅਮਰਿਤਮਾਨ ਜੀ ਮੇਰਾ ਪਹਿਲਾ ਦਿਨ ਕੰਮ ਦਾ ਤੇ ਪਹਿਲੀ ਵਾਰੀ ਕਿਸੇ ਆਰਟਿਸਟ ਨੂੰ ਮਿਲੀ ਉਹ ਅਮਰਿਤਮਾਨ ਸੋ ਤੁਹਾਨੂੰ ਯਾਦ ਹੈ ਕਿ ਤੁਸੀਂ ਪਹਿਲੀ ਵਾਰੀ ਕਿਸ ਪੰਜਾਬੀ ਆਰਟਿਸਟ ਨੂੰ ਮਿਲੇ ਸੀ ਐਂਡ ਉਸ ਟਾਈਮ ਤੇ ਤੁਹਾਡੇ ਲਈ ਬਹੁਤ ਵੱਡੀ ਚੀਜ਼ ਸੀ ਉਹ ਅ ਮੈਂ ਜਦੋਂ ਇਸ ਲਾਈਨ 'ਚ ਆਇਆ ਸੀਗਾ ਉਦੋਂ ਮਿਲਣਾ ਸ਼ੁਰੂ ਹੋਇਆ ਸੀਗਾ ਮਤਲਬ ਉਹ ਤੋਂ ਪਹਿਲਾਂ ਮੈਂ ਕਦੇ ਕਿਸੇ ਆਰਟਿਸਟ ਨੂੰ ਮਤਲਬ ਉਦੋਂ ਸ਼ੋਅਸ 'ਚ ਦੇਖੇ ਸੀਗੇ ਮਤਲਬ ਕੋਈ ਗਾ ਰਿਹਾ ਹੈ ਨਹੀਂ ਅਜੇ ਮੈਂ ਕੰਮ ਦੇ ਦੌਰਾਨ ਤੁਸੀਂ ਕਿਸੇ ਕੰਮ ਦੇ ਦੌਰਾਨ ਮੈਂ ਸਭ ਤੋਂ ਪਹਿਲਾਂ ਆਈ ਥਿੰਕ ਸੋ ਆਈ ਥਿੰਕ ਆਈ ਥਿੰਕ ਮੈਂ ਜੈਜੀ ਭਾਈ ਨੂੰ ਦੇਖਿਆ ਸੀਗਾ ਅੱਛਾ ਉਹਨਾਂ ਦੇ ਆਫਿਸ ਜਲੰਧਰ ਹਾਂ ਤੇ ਫਿਰ ਉਸ ਤੋਂ ਬਾਅਦ ਆ ਜਾਂ ਉਦੋਂ ਪਹਿਲਾਂ ਮੈਂ ਮਤਲਬ ਸਟੇਜ ਵਗੈਰਾ ਤੇ ਇਕੱਠਾ ਹੋਇਆ ਸੀਗਾ ਸ਼ੈਰੀ ਭਾਈ ਨਾਲ ਤੇ ਮਤਲਬ ਸ਼ੈਰੀ ਭਾਈ ਦਾ ਵੀ ਉਦੋਂ ਡੈਬਿਊ ਹੋਇਆ ਸੀ ਆਰਨ ਮੁੱਲੇ ਆਇਆ ਸੀਗਾ ਤੇ ਮੇਰਾ ਜੰਡਿਕਟ ਦੀਆਂ ਕੁੜੀਆਂ ਗਾਣਾ ਆਇਆ ਸੀ ਸੋ ਮਤਲਬ ਉਹ ਲਾਲੋਪੀ ਉਦੋਂ ਇਹ ਤਾਂ ਸਾਰੇ ਬਰਾਬਰ ਜਿੱਦੀ ਲੱਗਦੇ ਸੀਗੇ ਜਿਵੇਂ ਸ਼ੈਰੀ ਵੀਰਾ ਮੈਂ ਭਾਈ ਕੁਲਵੀਰ ਚੰਜਰ ਉਹ ਕਿਉਂਕਿ ਇਹ ਸਾਰੇ ਡੈਬਿਊਟੈਂਟਸ ਸੀਗੇ ਤੇ ਜਿਹੜੇ ਮਤਲਬ ਉਦੋਂ ਉਦੋਂ ਵੀ ਲੈਜੈਂਡਰੀ ਅੱਜ ਵੀ ਲੈਜੈਂਡਰੀ ਲਿਵਿੰਗ ਲੈਜੈਂਡ ਨੇ ਸਾਰੇ ਜਿਹੋ ਉਹਨਾਂ ਦੀ ਮੈਂ ਗੱਲ ਕਰਾਂ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਸੀਗਾ ਅ ਜੈਜੀ ਭਾਈ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਓਕੇ ਆਮ ਸਰ ਗੁੱਡ ਜਦ ਕੰਮ ਦੇ ਦੌਰਾਨ ਤਾਂ ਮੈਂ ਸਭ ਤੋਂ ਪਹਿਲਾਂ ਦੇਖਿਆ ਸੀ ਅਮਰਿੰਦਰ ਗਿੱਲ ਨੂੰ ਹੈਨਾ ਤੇ ਜਦ ਦਿ ਲੂਡੋ ਕਿਹਦੇ ਲਈ ਪੁੱਛਿਆ ਹਾਂ ਮਤਲਬ ਮੈਂ ਉਹ ਪੂਰਾ ਦਿਨ ਸ਼ੂਟ ਕਰਕੇ ਆਇਆ ਸੀ ਤੁਸੀਂ ਇਮੇਜਿਨ ਕਰ ਸਕਦੇ ਮੈਂ ਅਮਰਿੰਦਰ ਗਿੱਲ ਨੂੰ ਪੁੱਛਿਆ ਹੈਲੋ ਲੂਡੋ ਖੇលੂਗੇ ਅਮਰਿੰਦਰ ਗਿੱਲ ਦੀ ਸ਼ਕਲ ਇਮੇਜਿਨ ਕਰ ਸਕਦੇ ਕਿੰਨੇ ਹਾਂ 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 ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਉਹਨਾਂ ਦੇ ਨਾਲ ਹੋਇਆ ਕੀ ਤੇ ਖੇਡਿਆ ਉਹਨਾਂ ਨੇ ਹਾਂ ਅੱਛਾ ਉਹ ਵਿਚਾਰੇ ਨੇ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਉਹ ਮੈਨੂੰ ਕਹਿਣ ਕੀ ਉਹ ਫਸ ਜਗੇ ਸੀ ਅੱਛਾ ਉਹ ਨਾ ਉਹ ਫਲੋਰ ਤੇ ਰੂਮ ਨਾ ਆਏ ਆ ਮੇਰਾ ਸੀ ਆਏ ਅਦਿੱਤੀ ਦਾ ਸੀ ਆਏ ਅਮਰਿੰਦਰ ਭਾਜੀ ਹੋਰ ਆਦਾ ਸੀ ਹੈ ਨਾ ਬਟ ਕੋ ਬਹੁਤ ਵੱਡਾ ਹੋਟਲ ਨਹੀਂ ਸੀ Rajasthan ਜਨਾ ਤੇ ਉੱਤੇ ਆਏ ਤਾਂ ਮੈਨੂੰ ਆਵਾਜ਼ ਜੀ ਆਈ ਮੈਂ ਦਰਵਾਜ਼ਾ ਕੋਲੇ ਮੈਂ ਪੂਰਾ ਦਿਨ ਬੋਰ ਹੋ ਰਹੀ ਸੀ ਮੈਂ ਦੇਖਿਆ ਦੋਨੋਂ ਆਏ ਮੈਂ ਕਿਹਾ ਹੈਲੋ ਮੈਂ ਸਰਗੁਨਾ ਹੈ ਨਾ ਕਹਿੰਦੇ ਹਾਂ ਜੀ ਮੈਂ ਅਦਿੱਤੀ ਮੈਂ ਮਨਿੰਦਰ ਭਾਜੀ ਮੈਂ ਕਿਹਾ ਤੁਸੀਂ ਫਿਰ ਥੱਕ ਗਏ ਕਹਿੰਦੇ ਨਹੀਂ ਮੈਂ ਕਿਹਾ ਲੁੱਡੋ ਖੇਲੀਏ ਕਹਿੰਦੇ ਹੈ ਕਹਿੰਦੇ ਅੱਛਾ ਓਕੇ ਤੇ ਮੈਂ ਨਾ ਦਰਵਾਜ਼ਾ ਬੰਦ ਕੀਤੇ ਬਿਨਾ ਪਿੱਛੋਂ ਬੈੱਡ ਤੋਂ ਲੂਡੋ ਚੱਕੀ ਤਾਂ ਮੈਂ ਘੜੀ ਹੋ ਗਈ। ਅੱਛਾ। ਦੇਖੇ ਚਲੋ। ਉਸ ਬੋਰਡ ਵਾਲੀ ਹੁੰਦੀ ਸੀ। ਕਿੰਨੇ ਓਕੇ। ਉਹਨਾਂ ਨੇ ਵਿਚਾਰਿਆਂ ਨੇ ਉਸ ਦਿਨ ਸ਼ਾਮ ਨੂੰ ਮੇਰੇ ਨਾਲ ਲੂਡੋ ਵੀ ਖੇਲੀ, ਮੋਨੋਪਲੀ ਕਾਰਡਸ ਵੀ ਖੇਡੇ। ਉਹ ਵਿਚਾਰੇ ਬਹੁਤ ਪਰੇਸ਼ਾਨ ਸੀ। ਅਸੀਂ ਖੇਡਦੇ ਨੇ। ਨੇ ਐਮੀ ਆ ਤਾਂ ਬਹੁਤ ਖੇਚੜ ਦੀ ਹਾਂ ਆ ਤਾਂ ਸਾਡੇ ਫੋਨ ਤੋੜਨ ਨੂੰ ਫਿਰਦਾ ਜਦੋਂ ਆਪਾਂ ਖੇਡਦੇ ਆ ਸੌਂਕਿੰ ਸੌਂਕਿੰ ਦੀ ਫਿਲਮ ਦੀ ਕਹਾਣੀ ਏ ਬੈਕ ਟੂ ਕਮਿੰਗ ਟੂ ਦ ਫਿਲਮ ਉਹਨਾਂ ਦੀ ਕਹਾਣੀ ਜੋ ਹੈ ਇੱਕ ਹਸਬੈਂਡ ਦੋ ਵਾਈਫ ਦੇ ਅਰਾਊਂਡ ਘੁੰਮ ਰਹੀ ਹੈ ਐਂਡ ਹੁਣ ਮੇਰੇ ਜੋ ਕੁਐਸ਼ਨਸ ਨੇ ਉਹ ਵੀ ਹਸਬੈਂਡ ਵਾਈਫ ਤੋਂ ਰਿਲੇਟਡ ਨੇ ਕੁਝ ਕਾਮਨ ਪ੍ਰੋਬਲਮਸ ਜੋ ਕਰ ਕਰ ਦੀ ਕਹਾਣੀ ਹੈ ਐਂਡ ਚਾਹੇ ਤੁਹਾਡੀ ਰੀਅਲ ਲਾਈਫ ਨਾਲ ਰਿਲੇਟੇਬਲ ਹੋਣ ਜਾਂ ਨਾ ਹੋਣ ਤੁਸੀਂ ਬਸ ਆਪਣਾ ਵਿਊ ਪੁਆਇੰਟ ਦੇਣਾ ਹੁੰਦਾ ਤੇ ओके ਸਟਾਰਟਿੰਗ ਵਿਦ ਯੂ ਕਹਿੰਦੇ ਕਿ ਘਰ ਦੀ ਮੁਰਗੀ ਜਿਹੋ ਹੁੰਦੀ ਹੈ ਉਹ ਦਾਲ ਬਰਾਬਰ ਹੁੰਦੀ ਹੈ ਐਂਡ ਹਸਬੈਂਡਸ ਨੂੰ ਕੰਪਲੇਂਟ ਹੁੰਦੀ ਹੈ ਕਿ ਜ਼ਿਆਦਾਤਰ ਵਾਈਫਸ ਜੁਨੇ ਉਹ ਉਹਨਾਂ ਨੂੰ ਉਹ ਦਾਲ ਸਮਝਦੀਆਂ ਨੇ ਸੋ ਬਾਹਰੋਂ ਆ ਕੇ ਕੋਈ ਵੀ ਜਿੰਨੀ ਮਰਜ਼ੀ ਤਾਰੀਫ ਕਰ ਜਵੇ ਪਰ ਵਾਈਫ ਨੂੰ ਹਜਮ ਨਹੀਂ ਹੁੰਦੀ ਆ ਉਹਨੂੰ ਯਕੀਨ ਨਹੀਂ ਹੁੰਦਾ ਕਿ ਦੋ ਦਿਨ ਘਰੇ ਰਹਿ ਕੇ ਦੇਖੋ ਤਾਂ ਆ ਪਤਾ ਲੱਗੂ ਸੋ ਇਹ ਕਿਉਂ ਹੁੰਦਾ ਨਹੀਂ ਮੈਨੂੰ ਤਾਂ ਲੱਗਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਪਰ ਇਹ ਤਾਂ ਪ੍ਰੋਬਲਮ ਲੋਕਾਂ ਦੀ ਲੋਕਾਂ ਦੀ ਪ੍ਰੋਬਲਮ ਤੁਸੀਂ ਟੂ ਪੁਆਇੰਟ ਦੇਣਾ ਕਿ ਇਸ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ ਹੈ ਪਤਾ ਹੈ ਕਿ ਆਪਾਂ ਸਾਰੇ ਬਾਲੀਵੁੱਡ ਹਨਾ ਦੇਖਦੇ ਹਾਂ ਨਾ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਸ਼ਾਹਰੂਖ ਖਾਨ ਹੀ ਮਿਲੂਗਾ ਕਰੇ ਪਰ ਕਰੇ ਤਾਂ ਕਿਸੇ ਨੂੰ ਸ਼ਾਹਰੂਖ ਖਾਨ ਨਹੀਂ ਮਿਲਦਾ ਤਾਂ ਕਰਕੇ ਆਪਦੇ ਵਾਲੇ ਦਾਨ ਲੱਗਦੇ ਆ ਤੇ ਸਿਚੁਏਸ਼ਨ ਚ ਕੀ ਕਰਨਾ ਚਾਹੀਦਾ ਹੈ ਕੁਝ ਨਹੀਂ ਆਪਦੇ ਵਾਲੇ ਨੂੰ ਸ਼ਾਹਰੂਖ ਖਾਨ ਰਾਜੀ ਰਹੋ ਜੋ ਹੈ ਆਪਣੇ ਆਪਣੇ ਵਾਲੇ ਨੂੰ ਸ਼ਾਹਰੂਖ ਖਾਨ ਮੰਨ ਲਿਓ ਅੱਛਾ ਹੋ ਜਾ ਤੂੰ ਨਹੀਂ ਸਕਦੇ ਹੋ ਕਰ ਲਉਗੇ ਆਓ ਤੇ ਉਤੋਂ ਵੀ ਜਾਓ ਉਹਨਾਂ ਵੀ ਆਪਾਂ ਉਹਦੇ ਤੋਂ ਵੀ ਜਾਓ ਬਹੁਤ ਤਾਂ ਮਿਲ ਨਹੀਂ ਰੱਖ ਲੈਂਦੇ ਆਂ ਵੀ ਛੱਡ ਕੇ ਚੱਲ ਜੂਗਾ ਕਮਿੰਗ ਟੂ ਯੂ ਕਾਰਾ ਲਈ ਹਾਨੂੰ ਨਾ ਅਕਸਰ ਇੱਕ ਕੰਪਲੇਂਟ ਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਤਾਂ ਨਾ ਮੁੰਡੇ ਫੋਨ ਤੇ ਬਹੁਤ دیر ਗੱਲਾਂ ਮਾਰਦੇ ਨੇ ਬਟ ਵਿਆਹ ਤੋਂ ਬਾਅਦ ਇਹ ਵਾਈਫ ਨਾ ਇੱਕ ਵਾਰੀ ਵੀ ਦਿਨ ਚ ਫੋਨ ਕਰ ਗਿਆ ਪੁੱਛ ਲਵੇ ਨਾ ਕਿ ਕਦੋਂ ਤੱਕ ਆਣਾ ਹੈ ਤੇ ਉਹਦਾ ਜਵਾਬ ਐ ਹੀ ਹੁੰਦਾ ਕਿ ਹਲੇ ਮੈਂ ਬਿਜ਼ੀ ਆਂ ਬਾਤ ਚ ਕਰਦਾ ਐ ਇਹ ਮੇਜਰ ਚੇਂਜ ਵਿਆਹ ਦੇ ਕੁਝ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਕਿਉਂ ਆ ਜਾਂਦਾ ਹੈ ਹਸਬੰਡਸ ਨਹੀਂ ਇਦਾਂ ਦੱਸਦਾ ਜਦੋਂ ਸ਼ੁਰੂਆਤ ਹੁੰਦੀ ਹੈ ਮੇਰਾ ਪੁਆਇੰਟ ਆਫ View ਓਕੇ ਤੇ ਜਦੋਂ ਸ਼ੁਰੂਆਤ ਹੁੰਦੀ ਕਿਸੇ ਰਿਲੇਸ਼ਨ ਦੀ ਉਦੋਂ ਤੁਸੀਂ ਉਦੋਂ ਧੰਨਵਾਦ ਤਾਂ ਦਾ ਨਹੀਂ ਪਤਾ ਹੁੰਦਾ ਸਾਹਮਣੇ ਵਾਲਿਆਂ ਦਾ ਤਾਂ ਮਿਲੇ ਨਹੀਂ ਹੁੰਦੇ ਤੁਸੀਂ ਉਦੋਂ ਉਦੋਂ ਤੁਹਾਨੂੰ ਉਹ ਕੀ ਉਹ ਪੜ੍ਹੀ ਐ ਜਾਂ ਪੜ੍ਹਿਆ ਐ ਜਾਂ ਤੁਹਾਡਾ ਜਿਹੜਾ ਪਾਰਟਨਰ ਹੈ ਜਿਹੜਾ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੈ ਵੀ ਉਹਦੇ ਮਾਂ ਪਿਓ ਕੀ ਕਰਦੇ ਨੇ ਉਹਦੇ ਯਾਰ ਦੋਸਤ ਕੀ ਕਰਦੇ ਨੇ ਉਹ ਅੱਜ ਕਾਲਜ ਗਈ ਕੀ ਕੀਤਾ ਉਹਨੇ ਇਹ ਕੀਤਾ ਵਾ ਕੀਤਾ ਸੋ ਇੱਕ ਸਰਟਨ ਟਾਈਮ ਤੋਂ ਬਾਅਦ ਹੌਲੀ 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 ਗੱਲਾਂ ਦਾ ਪਤਾ ਲੱਗਦਾ ਰਹਿੰਦਾ ਪਤਾ ਲੱਗਦਾ ਰਹਿੰਦਾ ਫਿਰ ਉਸ ਤੋਂ ਬਾਅਦ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਫਿਰ ਪੁੱਛਣ ਦੀ ਕੋ ਲੋੜ ਨਹੀਂ ਪੈਂਦੀ ਨਾ ਪੰਜਾਬੀ ਡਾਇਲੌਗ ਕਹਿੰਦਾ ਸਾਰੀਆਂ ਗੱਲਾਂ ਤਾਂ ਕਰ ਲਈਆਂ ਕਹਿੰਦਾ ਉਹਨੂੰ ਹੋਰ ਕਿੰਨੀਆਂ ਕਰਦਾ ਨਾ ਅਸਲੀ ਗੱਲ ਹੋ ਜਾਂਦੀ ਯਾਨੀ ਤਾਂ ਕਰਕੇ ਉਸ ਤੋਂ ਬਾਅਦ ਇੱਕ ਇੱਕ ਬੰਦਾ ਜਦੋਂ ਮਤਲਬ ਮੋਸਟਲੀ ਡਰਾਈਵ ਕਰਦਾ ਹੁੰਦਾ ਜਾਂ ਕਿਤੇ ਖੜਾ ਹੁੰਦਾ ਸੱਜਣਾ ਮਿੱਤਰਾਂ ਚ ਤੇ ਕਈ ਵਾਰੀ ਮੜੀਰ ਜਾਣ ਕੇ ਵੀ ਮਤਲਬ ਕਹਿੰਦੀ ਆ ਪੀ ਐਂਬੈਰੈਸ ਫੀਲ ਹੁੰਦਾ ਵਾਰ-ਵਾਰ ਵਾਰ-ਵਾਰ ਘਰ ਵਾਲੀ ਕਰੀ ਜਾਂਦੀ ਆ ਉੱਚ ਨੂੰ ਤਾਂ ਚੌੜੇ ਨੂੰ ਲੈ ਯਾਰ ਕੱਟਦਾ ਕਰ ਲੇਗੀ ਉਹ ਚੀਜ਼ ਚ ਵੀ ਕਈ ਵਾਰੀ ਬੰਦਾ ਕੱਟ ਦਿੰਦਾ ਫੋਨ ਤੇ ਇਹ ਮਸਲਾ ਹੁੰਦਾ ਹੋਰ ਕਰਕੇ ਠੀਕ ਹੈ ਤੇ ਹੁਣ ਜੋ ਮੈਂ ਪੁੱਛਣ ਜਾ ਰਹੀ ਹਾਂ ਉਹ ਰਲ ਕੇ ਸਲਾਹ ਕਰਕੇ ਫਿਰ ਜਵਾਬ ਦਿਓ ਠੀਕ ਹੈ ਜੀ ਜਦੋਂ ਹਸਬੰਡ ਤੇ ਵਾਈਫ ਦੀ ਲੜਾਈ ਹੁੰਦੀਆਂ ਨਾ ਤੇ ਜ਼ਿਆਦਾਤਰ ਕੀ ਹੁੰਦਾ ਹੈ ਕਿ ਵਾਈਫ ਜੋ ਹੈ ਉਸ ਲੜਾਈ ਚ ਪਿਛਲੇ ਸਾਰੇ ਮਸਲੇ ਐਡ ਆਨ ਕਰ ਦਿੰਦੀ ਹੈ ਤੇ ਬਹੁਤ ਵਾਰੀ ਨਾ ਜਿਹੜੇ ਮਸਲੇ ਹੱਲ ਵੀ ਕੀਤੇ ਹੁੰਦੇ ਨੇ ਨਾ ਜਿਹੜੀਆਂ ਗੱਲਾਂ ਕਲੀਅਰ ਕੀਤੀਆਂ ਹੁੰਦੇ ਨੇ ਉਹ ਵੀ ਸੁਣਾਈ ਦਿਆਂ ਦੇ ਨਾਲ ਲੱਗ ਕਿਉਂ ਸਾਨੂੰ ਯਾਦ ਰਹਿੰਦਾ ਮੈਮਰੀ ਆ ਸਾਡੀ ਇੰਨੀ ਤੇਜ ਉਹ ਵੀ ਗੱਲ ਉਹ ਤਾਂ ਕਲੀਅਰ ਕਰ ਲਈ ਸੀ ਮੈਂ ਹੂੰ ਕਿਉਂ ਭਈ ਇੰਨੀ ਵਿੱਚ ਹੁਣ ਦੀ ਗੱਲ ਕਰ ਵੀ ਹੁਣ ਤੈਨੂੰ ਕੀ ਬਿਮਾਰੀ ਪਈ ਹੈ ਹੁਣ ਦੱਸ ਤੇ ਸਿਚੁਏਸ਼ਨ ਚ ਕੀ ਕਰਨਾ ਚਾਹੀਦਾ ਹਸਬੰਡ ਨੂੰ ਕੋਈ ਨਾ ਕਰੇ ਜੇ ਫੋਨ ਤੇ ਤਾਂ ਫੋਨ ਕੱਟ ਦੋ ਕੋਈ ਚੱਕਰ ਨਹੀਂ ਹੁੰਦਾ 22 ਦਾ ਮੈਮਰੀ ਲਾਸ ਕਰਾਉਂਦਾ ਨਹੀਂ ਤਾਂ ਸਾਈਡ ਤੇ ਜੋ ਚਾਰਜਾਈ ਲੈ ਕੇ ਪੈਜੋ ਆਪ ਕੋਈ ਚੱਕਰ ਵਾਲੀ ਗੱਲ ਨਹੀਂ ਸਵੇਰ ਤੱਕ ਸਭ ਕੋ ਸੈਟ ਹੋ ਜਾਂਦਾ ਹੁੰਦਾ ਹਰ ਰਿਲੇਸ਼ਨ ਦੇ ਵਿੱਚ ਆਈ ਥਿੰਕ ਸੋ ਤੇ ਬੁਆਫਰੈਂਡ ਬੁਆਫਰੈਂਡਸ ਵੀ ਤੇ ਹਸਬੰਡ ਵਾਈਫ ਹਸਬੰਡ ਵਾਈਫ ਜਲਦੀ ਹੋ ਜਾਂਦਾ ਗਰਲਫਰੈਂਡ ਬੁਆਫਰੈਂਡ ਦੇ ਵਿੱਚ ਇੱਕ ਖਤਰਾ ਰਹਿੰਦਾ ਹੈ ਕਿ ਉਹਦਾ ਵਿਆਹ ਦੂਜੀ ਬੱਤ ਨਾਲ ਹੋ ਜਾਵੇ ਥੋੜੀ ਜਿਹੀ ਪ੍ਰੋਬਲਮ ਆਈ ਥਿੰਕ ਸੋ ਰਹਿੰਦੀ ਹੋਊਗੀ ਤੇ ਵਾਈਫਸ ਨਾਲ ਲੇਦਾ ਕਿਉਂਦਾ ਸਾਰੀਆਂ ਚੀਜ਼ਾਂ ਕਿਉਂ ਯਾਦ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੀ ਪਤਾ ਨਹੀਂ ਮੈਮਰੀ ਬਹੁਤ ਤੇਜ਼ ਆ ਮੈਨੂੰ ਆਏ ਡੇਟਾ ਡੂਟਾ ਕੁਝ ਨਹੀਂ ਯਾਦ ਮੈਨੂੰ ਨਹੀਂ ਪਤਾ ਮੈਂ ਤੇ ਰਵੀ ਕਦੋਂ ਮਿਲੇ ਮੈਨੂੰ ਤਾਂ ਸਾਡੇ ਵਿਆਹ ਦੀ ਡੇਟ ਭੁੱਲ ਜਾਂਦੀ ਹੈ ਤੁਸੀਂ ਪੁੱਛੋ ਤਾਂ ਹੈ ਨਾ ਮੈਨੂੰ ਕੋਈ ਹੋਰ ਕੁੜੀਆਂ ਵਾਲੀ ਆਦਤ ਨਹੀਂ ਬਸ ਇੱਕੋ ਹੀ ਆਦਤ ਆ ਮੈਨੂੰ ਭੁੱਲਦਾ ਨਹੀਂ ਜੇ ਮੇਰੇ ਨਾਲ ਕਦੇ ਕੋਈ ਕੁਝ ਕਹਿ ਦੇ ਉਹ ਮੈਨੂੰ ਗੱਲ ਨਹੀਂ ਭੁੱਲ ਸਕਦੀ ਹੁਣ ਜਦੋਂ ਕੋਈ ਗੱਲ ਹੋਊਗੀ ਤਾਂ ਮੈਂ ਉਹਦਾ ਐਗਜ਼ਾਮਪਲ ਦੇਣ ਲਈ ਅੱਗੇ ਪੁਰਾਣੀਆਂ ਗੱਲਾਂ ਖੋਲ ਲੂੰ ਕਿ ਉਹ ਦਿਨ ਵੀ ਤਾਂ ਆਇਆ ਸੀ ਉਹ ਦਿਨ ਵੀ ਤਾਂ ਆਇਆ ਸੀ ਪਰ ਉਹ ਦਿਨ ਵੀ ਤਾਂ ਆਇਆ ਸੀ ਪਿਛਲੀ ਗਲਤੀ ਮਾਫੀ ਮੰਗ ਲਈ ਬੰਦੇ ਨੇ ਉਹ ਸੌਟ ਹੋ ਗਿਆ ਤੇ ਇਹਨੂੰ ਰਫਾ ਦਫਾ ਕਰ ਇਹਦੀ ਨਵੀਂ ਗੱਲ ਕਰ ਹਾਂ ਬਟ ਉਹ ਨਹੀਂ ਉਹ ਸਾਰੀਆਂ ਪੁਰਾਣੀਆਂ ਬਸ ਉਹਦੋਂ ਵੀ ਤਾਂ ਕੀਤਾ ਸੀ ਉਹਦੋਂ ਵੀ ਤਾਂ ਕੀਤਾ ਸੀ ਨਾਲ ਸਾਰੀਆਂ ਤੇ ਕਿਸੇ ਦੀ ਗਲਤੀ ਕਿਸੇ ਦੀ ਗਲਤੀ ਕਿਸੇ ਦਾ ਗੁੱਸਾ ਕੱਢਣਾ ਸਭ ਤੋਂ ਵੱਧ ਮੈਂ ਮਤਲਬ ਅਵੋਇਡ ਹੀ ਕਰੇ ਇਸ ਚੀਜ਼ ਨੂੰ ਮੈਂ ਕਿੰਨਾ ਪਰੇਸ਼ਾਨ ਹਾਂ ਇਸ ਗੱਲ ਤੋਂ ਨੇ ਨਵੇਂ ਵੈਸੇ ਕਰਦਾ ਬੰਦਾ ਹੁੰਦਾ ਹਰ ਬੰਦਾ ਹੁੰਦਾ ਜੋ ਕੋਈ ਤੁਹਾਡੀਆਂ ਮੇਜਰਲੀ ਜਿੰਨੀਆਂ ਵੀ ਇੰਟਰਵਿਊਜ਼ ਨੇ ਨਾ ਉੱਚ ਆ ਗੱਲ ਤੇ ਜ਼ਰੂਰ ਡਿਸਕਸ ਹੋਈ ਹੈ ਉਹ ਜਿੰਨੇ ਤੁਹਾਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟਰ ਚਿਕਨ ਖਵਾ ਕੇ ਠੀਕ ਹੈ ਹੁਣ ਸਾਡੇ ਉਹਦੇ ਤੇ ਪਤਾ ਪਤਾ ਨਹੀਂ ਇੰਨੇ ਆ ਕੀ ਲਾਈਨ ਬੋਲੀ ਉਹਦੇ ਤੇ ਰੀਲਸ ਬਣ ਰਹੀਆਂ ਹੁਣ ਸ਼ਰਮ ਕਰ ਲ ਤੂੰ ਲੋਕ ਕਿ ਮੈਨੂੰ ਟੈਗ ਕਰਕੇ ਕਹਿ ਰਹੇ ਬਟਰ ਚਿਕਨ ਨਾਲ ਪੱਟ ਜਾਂਦੀ ਆ ਬਟ ਤੁਸੀਂ ਕਦੇ ਕਿਸੇ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਐਂਡ ਇਫ ਯੈਸ ਤੇ ਕੀ ਕਿਤਾ ਇੰਪ੍ਰੈਸ ਕਰਨ ਲਈ ਨਹੀਂ ਯੂਜੂਲੀ ਲੋਕੀ ਮੈਨੂੰ ਹੀ ਪਟਾਉਂਦੇ ਆ ਮੁੰਡੇ ਅੰਚ ਤਾਂ ਮੋਸਟਲੀ ਮੁੰਡੇ ਮਤਲਬ ਸੋਹਣਾ ਤਿਆਰ ਹੋ ਕੇ ਜਾਂਦੇ ਹਮ ਜਦੋਂ ਕਿਸੇ ਨੂੰ ਇੰਪ੍ਰੈਸ ਕਰਨਾ ਹੋਵੇ ਤਾਂ ਸੋਹਣਾ ਤਿਆਰ ਹੋ ਕੇ ਜਾਣਗੇ ਜਾਂ ਵੱਡੀ ਗੱਡੀ ਜਾਂ ਵਧੀਆ ਬਾਈਕ ਜਾਂ ਬੁਲਟ ਵਗੈਰਾ ਹੁੰਦਾ ਪੰਜਾਬ ਚ ਉਹ ਚੀਜ਼ਾਂ ਤੇ ਉਹ ਆਈ ਡੋਨਟ ਥਿੰਕ ਸੋ ਚੀਜ਼ਾਂ ਮੈਟਰ ਕਰਦੀਆਂ ਹੋਣਗੀਆਂ ਚੰਗੀ ਤੇ ਸਿਆਣੀ ਧੀ ਨੂੰ ਕਿਸੇ ਨੂੰ ਚੰਗੀ ਸਿਆਣੀ ਕੁੜੀ ਨੂੰ ਮੇਬੀ ਉਹ ਉਹ ਚੀਜ਼ਾਂ ਇਮਪ੍ਰੈਸ ਕਰਦੇ ਹੋਣਗੀਆਂ ਕਈ ਵਾਰੀ ਮੁੰਡਾ ਨੂੰ ਇਹ ਚੀਜ਼ ਦਾ ਵਹਿਮ ਹੁੰਦਾ ਹੈ ਤੇ ਬਟ ਕੁੜੀਆਂ ਨੂੰ ਮੇਬੀ ਕੁਝ ਹੋਰ ਪਸੰਦ ਹੁੰਦਾ ਹੋਊਗਾ ਜਾਂ ਚੰਗਾ ਇਨਸਾਨ ਪਸੰਦ ਹੁੰਦਾ ਹੋਊਗਾ ਤੇ ਕਾਲਜ ਜਾਂ ਸਕੂਲ ਡੇਸ 'ਚ ਐਵੇਂ ਤਿਆਰ ਹੋ ਕੇ ਗਏ ਘੰਟੀ ਹਾਂਜੀ ਹਾਂਜੀ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਹਾਂ ਪੂਰਾ ਵਾਹ ਲਾਇਆ ਜਿੰਨੀ ਕਰ ਸਕਦੇ ਆ ਤੁਸੀਂ ਕੀ ਕੀਤਾ ਕਰੇ ਕਿਸੇ ਨੂੰ ਇਮਪ੍ਰੈਸ ਕਰਨ ਦੇ ਲਈ ਕਮਿੰਗ ਬੈਕ ਟੂ ਕੁਐਸਚਨ ਮੈਂ ਸੱਚੀ ਕਦੇ ਤੇ ਉਹਨੇ ਕਿਹਾ ਤਾਬੀਦ ਦਾ ਪਾਉ ਜੋ ਅਸੀਂ ਨਹੀਂ ਮੈਂ ਐਕਚੁਅਲੀ ਕਦੇ ਵੀ ਨਹੀਂ ਕੋਸ਼ਿਸ਼ ਕੀਤਾ ਮੇਰੇ ਨਾਲ ਯਾ ਤਾਂ ਬੰਦੇ ਇੰਪ੍ਰੈਸਟ ਹੀ ਰਹਿੰਦੇ ਸੀ ਮੈਨੂੰ ਕਦੇ ਮਤਲਬ ਸੱਚੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਪਈ ਤੇ ਰਵੀ ਨੇ ਇੰਪ੍ਰੈਸ ਕੀਤਾ ਫਿਰ ਰਵੀ ਤੇ ਮੇਰਾ ਨਾ ਬਹੁਤ ਹੀ ਨੇਚਰਲ ਜਿਹਾ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਮਤਲਬ ਦੋਸਤੀ ਦੋਸਤੀ ਜੇ ਕਦੋਂ ਆਪਾਂ ਦੋਸਤ ਤੋਂ ਲੈ ਕੇ ਅੱਧਰ ਤੱਕ ਆ ਗਏ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਜਦਕਿ ਜਦੋਂ ਆਪਾਂ ਦੋਸਤ ਸੀ ਸਿਰਫ ਮਤਲਬ ਉਹਨੇ ਉਹਨੇ ਸਾਡਾ ਸ਼ੋਅ ਹੀ ਜੁਆਇਨ ਕੀਤਾ ਸੀ ਮੇਰੀ ਭੈਣ ਦਾ ਵਿਆਹ ਸੀ ਹੈਨਾ ਆਪਾਂ ਰਿਸੈਪਸ਼ਨ ਕੋਕਟੇਲ ਤੇ ਗਏ ਸੀ ਤੇ ਮੇਰੇ ਤਾਇਓ ਨੇ ਨਾ ਸਾਰੇ ਕਹਿਣ ਲੱਗ ਗਏ ਉਹਨੂੰ ਕਹਿੰਦੇ ਇਹਨਾਂ ਦਾ ਵਿਆਹ ਹੋਣਾ ਹੁਣ ਮੈਨੂੰ ਇਨੀ ਇੰਬੈਰੈਸਮੈਂਟ ਹੋਈ ਮੈਂ ਕਿਹਾ ਯਾਰ ਆ ਮੁੰਡਾ ਵਿਚਾਰਾ ਕੀ ਸੋਚਦਾ ਹੁਣ ਮੇਰਾ ਕੋ-ਐਕਟਰ ਕਿ ਮੇਰੇ ਸਾਰੇ ਘਰ ਵਾਲੇ ਆਇਆ ਕਹੀ ਜਾਂਦੇ ਨੇ ਬਟ ਮਤਲਬ ਮੈਂ ਤਾਂ ਜੈਨਨਲੀ ਉਹ ਜੀ ਆ ਜੇ ਮੈਨੂੰ ਕੋਈ ਆ ਕਹਿ ਦੇਣਾ ਜਦੋਂ ਮੈਨੂੰ ਮਿਲੇ ਤਾਂ ਮੈਨੂੰ ਆ ਕਹ ਦੇ ਕਿ ਆ ਨਹੀਂ ਆ ਕਰ ਲਾ ਮੈਂ ਉਸੇ ਵੇਲੇ ਗੱਲ ਬੰਦ ਕਰ ਦਿੰਦੇ ਸੀ ਮੈਨੂੰ ਲੱਗਦਾ ਸੀ ਇਹਨੂੰ ਲੱਗਦਾ ਕਿ ਮੈਂ ਆ ਠੀਕ ਨਹੀਂ ਕਰ ਰਹੀ ਮੈਂ ਤਾਂ ਬਹੁਤ ਪਰਫੈਕਟ ਆ ਹਾਂ ਮੈਂ ਤਾਂ ਬਹੁਤ ਪਰਫੈਕਟ ਆ ਮਤ ਹੈਗੀ ਇਹੋ ਜੀ ਜਿਹੜਾ ਬੰਦਾ ਮੈਨੂੰ ਚੇਂਜ ਨਾ ਕਰੇ 1% ਵੀ ਨਾ ਉਹ ਮੇਰੇ ਲਈ ਪਰਫੈਕਟ ਹੋਊਗਾ ਬਸ ਤੇ ਜਦੋਂ ਮੈਂ ਬਹੁਤ ਉੱਚਾ ਬੋਲਦੀ ਸੀ ਰਵੀ ਕਹਿੰਦਾ ਸੀ ਯਾਰ ਕਿੰਨਾ ਉੱਚਾ ਬੋਲਦੀ ਹੈ ਵਾਹ ਮੈਂ ਕਹਿੰਦਾ ਸੀ ਵਾਹ ਯਾਰ ਆ ਠੀਕ ਹੈ ਜਦੋਂ ਮੈਂ ਬਿਲਕੁਲ ਹੀ ਮੈਂ ਬਿਲਕੁਲ ਖਿੱਲਰ ਜਾਣੀ ਮੈਂ ਪਾਗਲਾ ਵਾਂਗੂ ਨੱਚਦੀ ਆ ਕਰਦੀ ਆ ਉਹ ਕਰਦੀ ਮੈਨੂੰ ਲੱਗਦਾ ਮੈਂ ਆਪਣੇ ਆਪ ਨੂੰ ਬਹੁਤ 엠ਬੈਰਸ ਕੀਤਾ ਅੱਛਾ ਉਹ ਕਹਿੰਦਾ ਸੀ ਯਾਰ ਤੂੰ ਕੱਲ ਕਿੰਨਾ ਖੁੱਲ ਕੇ ਜੀਏ ਵਾਓ ਲੱਗਿਆ ਆਹੀ ਹੈ ਹੀ ਇਜ਼ ਮਾਈ ਮੈ ਮੈਂ ਕੁਝ ਕਹਿਣਾ ਚਾਹੁੰਦੇ ਨੇ ਇਸ ਗੱਲ ਤੇ ਨਹੀਂ 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 ਮੈਂ ਵੇਖਿਆ ਨਾ ਖੁੱਲ ਕੇ ਨੱਚ ਨਹੀਂ ਤੇ ਆ ਰਵੀ ਤੋਂ ਨਾ ਇੱਕ ਇੰਟਰਵਿਊ ਚ ਪੁੱਛਿਆ ਗਿਆ ਕਿ ਜੇ ਤੁਸੀਂ ਕਿਸੇ ਪੁਰਾਣੀ ਕੋਐਕਟਰ ਨਾਲ ਕੰਮ ਕਰਨਾ ਹੋਵੇ ਤੇ ਉਹ ਕੌਣ ਹੋਏਗੀ ਐਨੀ ਗੈਸ ਪੁਰਾਣੀ ਹਾਂ ਕਿਸੇ ਪੁਰਾਣੀ ਕੋ ਐਕਟਰ ਨਾਲ ਜਿਹਦੇ ਨਾਲ ਕੰਮ ਕੀਤਾ ਹੋਏ ਤੇ ਹੁਣ ਕਰਨਾ ਹੋਵੇ ਜੇ ਮੌਕਾ ਮਿਲੇ ਤੇ ਉਹ ਕੌਣ ਹੋਏਗਾ ਮੇਰੇ ਨਾਲ ਹੀ ਕਹੂਗਾ ਹਾਂ ਬਿਲਕੁਲ ਹੀ ਸੈਡ ਸਰਗੁਨ ਮਹਿਤਾ ਐਂਡ 12/24 ਕੇ ਰੋਲ ਬਾਅਦ ਤੋਂ ਬਾਅਦ ਤੁਸੀਂ ਕੋਈ ਇਕੱਠਿਆ ਕੰਮ ਨਹੀਂ ਕੀਤਾ ਰਾਈਟ ਅਪਨ ਨੱਚਬਲੀ ਕਿੰਨਾ ਨੱਚਬਲੀ ਕਿੰਨਾ ਬਟ ਆਪਾਂ ਦੋਵੇਂ ਪਾਗਲ ਹੋ ਜਾਂਦੇ ਜੇ ਆਪਾਂ ਇਕੱਠੇ ਕੰਮ ਕੀਤਾ ਤੋ ਬਾਗਲ ਤੇ ਹੁਣ ਤਾਂ ਤੁਸੀਂ ਤੁਹਾਡਾ ਆਪ ਦਾ ਪ੍ਰੋਡਕਸ਼ਨ ਹਾਊਸ ਹੈ ਤਾਂ ਹੀ ਆਪਾਂ ਨਹੀਂ ਕਰੇ ਤਾਂ ਕਿ ਆਪਾਂ ਦੋਵੇਂ ਪਾਗਲ ਨਾ ਹੋਈਏ ਜਾ ਪਰ ਰੀਲਸ ਤੇ ਇੱਕ ਵੀਡੀਓ ਵੀ ਬਣਾਉਣੀ ਹੁੰਦੀ ਹੈ ਨਾ ਮੈਂ ਇੰਨਾ ਬਹੁਤਾ ਦੇਖਦੀ ਨਹੀਂ ਹੈ ਨਾ ਮੈਂ ਐਂ ਕਰਕੇ ਬਣਾਤੀ ਮੈਂ ਕਿਹਾ ਠੀਕ ਆ ਬੜੀ ਪਾ ਦਿੰਨੇ ਆ ਹਾਂ ਉਹ ਘੱਟੂ ਘੱਟ ਨਹੀਂ ਤਾਂ 25 ਟੇਕ ਲੰਮਾ ਨਹੀਂ ਸਰਗੁਣ ਜੇ ਆਪਾਂ ਐਂ ਆ ਕਰਦਾਂਗੇ ਨਾ ਬੈਟਰ ਹੋ ਜਾਊਗਾ ਜੇ ਐਂ ਆ ਕਰਦਾਂਗੇ ਨਾ ਮੈਂ ਤਾਂ ਕਹਿੰਨੀ ਮੈਂ ਕਿਸ ਵੇਲੇ ਸੋਚ ਲਿਆ ਕਿ ਮੈਂ ਤੇਰੇ ਨਾਲ ਬਣਾ ਲੂੰਗੀ ਮੈਂ ਪਾਗਲ ਹੋ ਜੂੰਗੀ ਉਹ ਬਹੁਤ ਪਰਫੈਕਸ਼ਨਿਸਟ ਆ ਉਹਨੂੰ ਇੱਕ ਇੱਕ ਚੀਜ਼ ਉਹ ਮੇਂ ਦੀ ਹੀ ਚਾਹੀਦੀ ਆ ਹੈ ਨਾ ਆਪਾਂ ਟੌਕਸਿਕ ਗਾਣਾ ਜਿਹੜਾ ਬਾਦਸ਼ਾਹ ਦਾ ਸ਼ੂਟ ਕੀਤਾ ਸੀ ਲੋਕਡਾਊਨ ਚ ਆਪਾਂ ਇਹ ਨਾਲ ਲੜੇ ਨਾਲ ਲੜੇ ਨਾਲ ਲੜੇ ਮੈਂ ਉਹਨੂੰ ਕਿਹਾ ਕਿ ਜੋ ਕਰਨਾ ਹੈ ਕਰ ਮੈਂ ਕਿੰਨੂੰ ਉਠਾ ਕੇ ਸਵੇਰੇ ਸਵੇਰੇ ਸੱਕੀ ਸੀ ਕਿ ਸਵੇਰੇ ਸਵੇਰੇ 5:00 ਵਜੇ ਉਠਾ ਦੇਗਾ ਆਹ ਸਨਲਾਈਟ ਸਰਗੁਨਾਏ ਬੈਸਟ ਹੋਗੀ ਅੱਛਾ ਕੀ ਕੀ ਮੈਂ ਕਿ ਲੋਕ ਨੂੰ ਨਾ ਮੈਂ ਸੋ ਲੈਣ ਦੇ ਅੱਛਾ ਬਾਦਸ਼ਾਹ ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਤੁਹਾਡੀ ਵੀਡੀਓ ਠੀਕ ਨਹੀਂ ਸ਼ੂਟ ਹੋ ਰਹੀ ਬਾਦਸ਼ਾਹ ਮੈਂ ਕਰਉਣਾ ਫੋਨ ਤੇ ਡਾਇਗ੍ਰam ਡਰਾ ਕੀਤਾ ਉਹਦੀ ਛੱਤ ਦਾ ਅੱਛਾ ਤੇ ਕਿਹਾ ਸੋਇਰੇ 6:30 ਵਜੇ ਤੁਹਾਡਾ ਸਨ ਇੱਥੇ ਹੋਊਗਾ ਤਾਂ ਤੁਸੀਂ ਇੱਥੇ ਖਲੋ ਕੇ ਇਸ ਐਂਗਲ ਤੋਂ ਸ਼ੂਟ ਕਰੋਗੇ ਲੋ ਲੈ ਕੇ ਫੋਨ ਤੇ ਡਾਇਰੈਕਟ ਕਰ ਰਿਹਾ ਅੱਛਾ ਛੱਤ ਦਾ ਸ਼ਾਟ ਮੈਂ ਕਿਉਂ ਕੀ ਹੋ ਗਿਆ ਮਤਲਬ ਵਧੀਆ ਗੱਲ ਹੈ ਸ਼ਾਟ ਤਾਂ ਆਬਵੀਅਸਲੀ ਵਧੀਆ ਮਿਲਦੇ ਨੇ ਸਵੀਰੇ ਚੰਗੀ ਗੱਲ ਹੈ ਜਦ ਵਿੱਚ ਆਏ 9:30 ਵਜੇ ਜੇ ਤੁਸੀਂ ਲਓਗੇ ਤਾਂ ਗੱਡੀ ਨੂੰ ਰਾਈਟ ਐਂਗਲ ਤੇ ਖੜੇ ਕਰਕੇ 180 121 ਡਿਗਰੀਸ ਤੇ ਖੜ ਕੇ ਤੁਸੀਂ ਬਾਅਦ ਚ ਆਏ ਉਹ ਹਸਬੰਡਸ ਨੂੰ ਵਾਈਫ ਦੇ ਪਿੱਛੇ ਜਾਣਤੇ ਨਹੀਂ ਖੁਸ਼ੀ ਕਿਉਂ ਹੁੰਦੀ ਹੈ ਵੀ ਉਹਦਣ ਸੱਜਣ ਮਿੱਤਰ ਕਰੇ ਸੱਦਾਂਗੇ ਪਰ ਠੀਕ ਕਰਾਂਗੇ ਪਾਰਟੀ ਕਰਾਂਗੇ ਉਹ ਨਾਲੇ ਮਾਮਾ ਧੀਆ ਦੋਨੇ ਫੋਨ ਤੇ ਚੁਗਲੀਆਂ ਕਰਦੀਆਂ ਨੇ ਪ੍ਰੋਬਲਮੈਟਿਕ ਹੁਣ ਇਕੱਠੀਆਂ ਬਹਿ ਕੇ ਕਰ ਲੈਣਗੀਆਂ ਇਹਦੀ ਮਾਰਕ ਇੱਕ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਆਪਣੀ ਸੋਸਾਇਟੀ ਦੀ ਫੋਨ ਹੈ ਹਰ ਪੂਰੇ ਵਰਲਡ ਦੀ ਪ੍ਰੋਬਲਮ ਫੋਨ ਹੈ ਅਸੀਂ ਪਰਸੋਂ ਇੱਕ ਡਿਸਕਸ਼ਨ ਕਰਦੀ ਸੀਗੇ ਉੱਥੇ ਬੈਠੇ ਪਹਿਲਾਂ ਨੂੰਹ ਸਾਹਿਬ ਦੀ ਲੜਾਈ ਹੁੰਦੀ ਸੀ ਤੇ ਉਹ ਤੋਂ ਨੂੰਹਾਂ ਚਿੱਠੀ ਲਿਖਦੇ ਹੁੰਦੇ ਸੀਗੇ ਆਪਣੇ ਪੇਕੇ ਅੱਛਾ ਤੇ ਉਹਦੋਂ ਚਿੱਠੀ ਲਿਖਦੇ ਇਹ ਚਿੱਠੀ ਨੂੰ 8-10 ਦਿਨ ਲੱਗ ਜਾਂਦੇ ਸੀ 8-10 ਦਿਨ ਤੱਕ ਜਦੋਂ ਸਾਹਮਣੇ ਉਹਦੇ ਪੇਕੇ ਨੂੰ ਪਤਾ ਲੱਗਦਾ ਸੀ ਉਹ ਤੱਕ ਵਾਪਸ ਆਉਂਦੇ ਉਹ ਤੱਕ ਗੁੱਸਾ ਠੰਡਾ ਹੋ ਕੇ ਮਤਲਬ ਸ਼ੌਟ ਹੁੰਦਾ ਸੀਗਾ ਅੱਜ ਕੱਲ ਫੋਨ ਨੇ ਫੋਨ ਨੇ ਉਹ ਮਾਵਾਂ ਤੇ ਆ ਦੋਨੇ ਦਿਹਾੜੀ ਚ ਆਲਮੋਸਟ ਆਲਮੋਸਟ ਨਹੀਂ ਘੰਟਾ ਘੰਟਾ ਦੋ ਦੋ ਘੰਟੇ ਗੱਲ ਕਰਦੇ ਆ ਕਿਉਂਕਿ ਨੂੰਹ ਵੀ ਸੋ ਉਹ ਦੋ ਦੋ ਘੰਟੇ ਗੱਲ ਕਰਦੀਆਂ ਅੱਜ ਤੇਰੀ ਮਾਂ ਨੇ ਕੀ ਕੀਤਾ ਅੱਜ ਤੇਰੇ ਸੱਸ ਨੇ ਕੀ ਕੀਤਾ ਇਹ ਕੀਤਾ ਬਾਹ ਕੀਤਾ ਨਾਲੇ ਜਿਹੜੀ ਸੱਸ ਦੀ ਛਵੀ ਹੈ ਉਹ ਡੈਨ ਬਣਾਈ ਹੋਈ ਹੈ ਆਪਣੇ ਲੋਕਾਂ ਨੇ ਅੱਛਾ ਉਹਨੂੰ ਵਿਆਹ ਤੋਂ ਪਹਿਲਾਂ ਹੀ ਪ੍ਰਿਪੇਅਰ ਕਰ ਦਿੰਦੇ ਨੇ ਵੀ ਸੱਸ ਡੈਨ ਹੈ ਤੇਰਾ ਇੱਕ ਪਾਲਾ ਜਿਹੜਾ ਡੈਨ ਨਾਲ ਬਣਾ ਸੋ ਉਹ ਪ੍ਰੋਬਲਮੈਟਿਕ ਹੈ ਉਹ ਜਿਹੜੀ ਮੈਂ ਇੱਕ ਨਾ ਉੱਥੇ ਆਪਣਾ ਪਾਕਿਸਤਾਨ ਦੇ ਰਾਈਟਰ ਨੇ ਉਹਨਾਂ ਨੇ ਕਿਹਾ ਬੜੀ ਪੈਰੀ ਗੱਲ ਮੈਨੂੰ ਲੱਗੀ ਉਹ ਕਹਿੰਦੇ ਵੀ ਉਹ ਨੂੰ ਪ੍ਰੇਪੇਅਰ ਕਰ ਦਿੰਦੇ ਨੇ ਕੁੜੀ ਨੂੰ ਵੀ ਜਰਾ ਪਹਿਲਾਂ ਡੈਨ ਨਾਲ ਪਹਿਣਾ ਕਹਿੰਦਾ ਪਰ ਇਹ ਜਮਾ ਉਲਟਾ ਹੈ ਚੀਜ਼ ਫਾਰ ਐਗਜ਼ਾਮਪਲ ਤੁਸੀਂ ਵਿਆਹ ਕੇ ਆਏ ਹੋ ਨਾ ਪਹਿਲਾਂ ਤਾਂ ਮੁੰਡਾ ਪਹਿਲਾਂ ਤਾਂ ਮੁੰਡਾ ਆਪਣੀ ਮਾਂ ਦੇ ਹੱਥ ਪਰ ਘੁੱਟਦਾ ਹੁੰਦਾ ਸੀਗਾ ਤੇ ਅੱਜ ਕੱਲ ਜਾ ਜਾ ਕੇ ਸਿੱਧਾ ਜਾਂਦਾ ਕਮਰੇ ਪੌੜੀਆਂ ਚੜ੍ਹਿਆ ਉੱਪਰ ਆਪਣੀ ਚਬਾਰੀ ਚ ਸਿੱਧਾ ਆਪਣੀ ਘਰ ਵਾਲੀ ਕੋਲੇ ਉਹ ਕਹਿੰਦੇ ਵੀ ਐਦਾਂ ਨਾ ਕਰੇ ਬੰਦਾ ਉਹ ਜਾਏ ਜਾ ਕੇ ਆਪ ਦਾ ਆਪਣਾ 5 ਮਿੰਟ ਪੈਰ ਘੁੱਟਦਾ ਜਾ ਕੇ ਜਦ ਉੱਪਰ ਉਹਦੇ ਕੋਲ ਜਾਂਦਾ ਤੇ ਉਹਦੀ ਘਰ ਵਾਲੀ ਉਹਨੂੰ ਗਵੇ ਵੀ ਪਹਿਲਾਂ 5 ਮਿੰਟ ਘੁੱਟਦਾ ਸੀ ਅੱਜ 10 ਮਿੰਟ ਘੁੱਟ ਗਿਆ ਜਾ ਕੇ ਜਦੋਂ ਆਪਨੀ ਮਾਂ ਦੇ ਆ ਕੇ ਪੈਰ ਘੁੱਟੂਗਾ ਨਾ ਮਾਂ ਆਪ ਕਹੂਗੀ ਵੀ ਜਾ ਚੱਲ ਜਾ ਉੱਤੇ ਤੇਰੀ ਘਰ ਰਲ ਡੀਕਦੀ ਆ ਇਹ ਚੀਜ਼ ਆ ਤੋ ਜਦੋਂ ਜਿਸ ਘਰ ਪਰਿਵਾਰ ਦੇ ਵਿੱਚ ਮਤਲਬ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਾਂ ਜਿਹੜੇ ਮਤਲਬ ਪਰਿਵਾਰਾਂ ਦੇ ਵਿੱਚ ਟਿਕਟਸ ਹੈਗੇ ਨੇ ਜਿਹੜੇ ਵਿਚਾਰੇ ਨਹੀਂ ਵੀ ਪੜੇ ਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਨਾ ਜਿਨ੍ਹਾਂ ਦੇ ਘਰ ਨੂੰ ਤੇ ਸੱਸ ਦੀ ਬਹੁਤ ਜ਼ਿਆਦਾ ਬੰਦੀ ਆ ਉਹ ਸਵਰਗ ਹੁੰਦੇ ਆ ਬਿਲਕੁਲ ਬਿਲਕੁਲ ਹੁਣ ਵਾਰੀ ਹੈ ਆਡੀਅנס ਦੀ ਕੁਝ ਕੁਐਸਚਨਸ ਦੀ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਨੇ ਮੇਰਾ ਸਵਾਲ ਸਰਗੁਨ ਕੋ ਹੈ ਕਿ ਉਹ ਆਪਣੇ ਹਸਬੰਡ ਕੋ ਰਵੀ ਦੂਬੇ ਕੋ ਕਬ ਪੰਜਾਬੀ ਮੂਵੀਜ਼ ਮੇ ਲੇ ਕੇ ਆ ਰਹੇ ਹਨ ਆਡੀਅנס ਦਾ ਵੀ ਸਵਾਲ ਹੈ ਕਬੀ ਨਹੀਂ ਜੇ ਉਹ ਪੰਜਾਬੀ ਨਹੀਂ ਬੋਲਦੇ ਉਹ ਹਿੰਦੀ ਫਿਲਮਾਂ ਕਰਨਗੇ ਹੁਣ। ਓਕੇ। ਤੇ ਕੋਈ ਹਿੰਦੀ ਫਿਲਮ ਜਿਹੱਚ ਇਕੱਠੇ ਵੇਖਣ ਨੂੰ ਮਿਲੋਂਗੇ ਤੁਸੀਂ? ਆ ਨਹੀਂ ਹੋ ਸਕਦਾ ਹੈ ਨਾ। ਹਾਂ ਨਾ? ਆ ਹੋ ਸਕਦਾ ਹੈ ਹੁਣ ਉਹ ਪਤਾ ਨਹੀਂ ਕਦੋਂ ਹੋਊਗਾ। ਤੇ ਉਹ ਫਿਲਮ ਹੋਣੀ ਕਿਵੇਂ ਦੀ ਚਾਹੀਦੀ ਹੈ? ਕਿਹੜਾ ਜਨਰ ਹੋਣਾ ਚਾਹੀਦਾ ਹੈ? ਰੋਮਾਂਟਿਕ ਤੋਂ ਲਾਵਾ ਕੋਈ ਵੀ। ਇਹਦਾ ਕਿਉਂ? ਯਾਰ ਹਸਬੰਡ ਵਾਈਫ ਨੂੰ ਰੋਮਾਂਸ ਕਰਦਾ ਦੇਖਣਾ ਮੈਨੂੰ ਲੱਗਦਾ ਯਾਰ ਆ ਗੱਲਾਂ ਤਾਂ ਬੜੀ ਨਾਰਮਲ ਜਿਹੀ ਲੱਗਦੀਆਂ ਇਟ ਹੈਸ ਟੂ ਬੀ ਸਮਥਿੰਗ ਤੇ ਨਾਲੇ ਮੇਰਾ ਤੇ ਰਵੀ ਦਾ ਕੋਈ ਕਾਮਨ ਇਹੋ ਜਿਹਾ ਇੰਟਰਸਟ ਵੀ ਨਹੀਂ ਰਵੀ ਦਾ ਬਹੁਤ ਡਿਫਰੈਂਟ ਇੰਟਰਸਟ ਆ ਸਿਨੇਮਾ ਚ ਤਾਂ ਸਾਨੂੰ ਕਿਤੇ ਵਿੱਚ ਹੀ ਬਿਠਾਉਣਾ ਪੈਣਾ ਓਕੇ ਨੈਕਸਟ ਕੁਐਸਚਨ ਮੈਂ ਸਵਾਲ ਪੁੱਛਣਾ ਚਾਹਨਾ ਐਮੀ ਵਿਰਕ ਤੋਂ ਵੀ ਬਾਈ ਦੋ ਘਰ ਵਾਲੀਆਂ ਕਿਵੇਂ ਸੰਭਾਉਂਗੇ ਤੁਸੀਂ ਇਹ ਤਾਂ ਮੇਰੇ ਉਹ ਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਸੰਭ ਹੀ ਆਉਣ ਗਿਆ ਜਾਂ ਮੇ ਵੀ ਸਨਾਮ ਕੇ ਛੱਟੀਆਂ ਆਉਣ ਗਿਆ ਇਹ ਭੱਜ ਗਿਆ ਆਉਣ ਗਿਆ ਜਾਂ ਆਪ ਬੰਦੇ ਨੇ ਪਾ ਲੈਣਾ ਹੋਊਗਾ ਤੇ ਮੈਂ ਤਾਂ ਮੇਰੀ ਜਾਨ ਫਿਲਮ ਕੀਤੀ ਆ ਤੇ ਮੈਨੂੰ ਤਾਂ ਸੱਚ ਕੁਝ ਪਤਾ ਨਹੀਂ ਮੇਰੇ ਤਾਂ ਬਹੁਤ ਚੰਗੇ ਆ ਦੋਸਤ ਨੇ ਇਹਦਾ ਖੈਰ ਬਹੁਤ ਹੀ ਅਸੀਂ ਤਾਂ ਪੁਰਾਣੇ ਦੋਸਤਾਂ ਤੇ ਨਿਮਰਤ ਨਾਲ ਮੇਰੀ ਪਹਿਲੀ ਫਿਲਮ ਆ ਸੋ ਮੇਰੇ ਨਾਲ ਤਾਂ ਇਹਨਾਂ ਨੇ ਚੰਗਾ ਵਿਹਾਰ ਕੀਤਾ ਆਫ ਸੈਟ ਔਨ ਸੈਟ ਥੋੜੀ ਜਿਹੀ ਪ੍ਰੋਬਲਮ ਹੁੰਦੀ ਸੀ ਸੋ ਇੱਕ ਤਾਂ ਕਮੁਕੀ ਹੋਈ ਸਾਡੀ ਵਾਵਾ ਤੇ ਵੈਸੇ ਤਾਂ ਮੇਰਾ ਬੜਾ ਮਤਲਬ ਪਿਆਰਾ ਇਹਨਾਂ ਨਾਲ ਓਕੇ ਨੈਕਸਟ ਸਰ ਗੁੰਜੀ ਨੂੰ ਇੱਕ ਸਵਾਲ ਹੈ ਵੀ ਉਹਨਾਂ ਨੇ ਇੰਨੀ ਛੇਤੀ ਵਿਆਹ ਕਰਾ ਕੇ ਆਪਣੇ ਆਪਸ਼ਨ ਸੇ ਇੰਨੀ ਛੇਤੀ ক্লোਜ਼ ਕਰ ਤੋ ਕਰ ਲਿਆ। ਕੀ ਇੰਡਸਟਰੀਜ਼ ਜੋ ਆਮੋ ਆਮ ਲੋਕ ਲੇਟ ਵਿਆਹ ਕਰਾਉਂਦੇ ਨੇ ਆਪਸ਼ਨ ਆਪਸ਼ਨਸ ਓਪਨ ਰੱਖਦੇ ਨੇ ਪਰ ਉਹਨਾਂ ਨੇ ਇੰਨੀ ਛੇਤੀ ক্লোਜ਼ ਕਰ ਲਏ। ਕੀ ਪਤਾ ਉਹਨਾਂ ਨੂੰ ਹੋਰ ਸੋਹਣੇ ਮੁੰਡੇ ਪਸੰਦ ਆ ਸਕਦੇ ਸੀ। ਵੀਰੇ ਉਲਟਾ ਹੈ। ਰਵੀ ਦੇ ਕੋਲ ਬਹੁਤ ਵਧੀਆ ਆਪਸ਼ਨ ਸੀ। ਮੈਨੂੰ ਲੱਗਿਆ ਉਹਦੇ ਤੋਂ ਵਧੀਆ ਮੈਨੂੰ ਨਹੀਂ ਮਿਲਣਾ। ਤਾਂ ਕਰਕੇ ਮੈਂ ਫਟਾਫਟ ਉਹਦੇ ਨਾਲ ਵਿਆਹ ਕਰਾ ਲਿਆ। ਮੈਂ ਕਿੱਥੇ ਉਹਨੂੰ ਕੋਈ ਮੇਰੇ ਤੋਂ ਵਧੀਆ ਮਿਲ ਗਈ ਫਿਰ ਮੈਂ ਕੀ ਕਰੂੰਗੀ ਬਹੁਤ ਟਾਈਮ ਤੋਂ ਇੰਡਸਟਰੀ ਚ ਪਹਿਲਾਂ ਟੀਵੀ ਕੀਤਾ ਸਰਦੂਨੇ ਤੇ ਉਹਦੇ ਜੋ ਥੋੜਾ ਪਹਿਲੇ ਜੀ ਕਿ ਅਸੀਰੀਸ ਇਕੱਠਿਆਲਾ ਸੀਗਾ ਸੀਰੀਅਲ ਹਾਂ ਹੁਣ ਸਾਨੂੰ ਇਕੱਠਿਆਂ ਨੂੰ 13 ਸਾਲ ਹੋ ਗਏ 13 ਸਾਲ ਹੋ ਗਏ ਤੇ ਚੰਗੀ ਗੱਲ ਹੈ ਮੇਰੇ ਸਰਵਨਾ ਤੇ ਹੁਣਾਂ ਮੈਂ ਕੁਝ ਪਿਕਚਰਸ ਜਾਂ ਕੁਝ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੀਆਂ ਤੇ ਤੁਸੀਂ ਦੱਸਣਾ ਕਿ ਉਹਦੇ ਪਿੱਛੇ ਕੀ ਕਿੱਸਾ ਜੁੜਿਆ ਹੋਇਆ ਹੈ ਜਾਂ ਰੀਜ਼ਨ ਕੀ ਸੀ ਉਹ ਪੋਸਟ ਕਰਨ ਦਾ ਓਕੇ ਕੀ ਮਸਲਾ ਹੋ ਗਿਆ ਬੇਬੇ ਭਾਰੀ ਬੰਜਾ ਬਹੁਤ ਹੈ ਅੱਛਾ ਚੱਕੀਆਂ ਨਹੀਂ ਜਾਂਦਾ ਤਾਂ ਕੁੜੀ ਤੋਂ ਪਾਵੇ ਜਿੰਨੇ ਤਾਂ ਉਹਦਾ ਬੋਝ ਆ ਇੱਕ ਅੱਡੇ ਜੀ ਸੋ ਕੀ ਚੱਲ ਰਹੀ ਸੀ ਇਹਦਾ ਸੰਕਣ ਸੰਕਣ ਦਾ ਸ਼ੂਟ ਸੀਗਾ ਉਦੋਂ ਤੇ ਉਦੋਂ ਲੱਗੇ ਹੋਏ ਸੀਗੇ ਪੂਰੇ ਖੁਸ਼ ਸੀ ਇੱਕ ਦੋ ਸ਼ਾਟ ਰਹਿ ਗਏ ਸੀਗੇ ਪੈਕ ਅਪ ਹੋਣ ਵਾਲਾ ਸੀ ਤੇ ਨਾਲੇ ਮੇਰੀਆਂ ਤੇ ਸਰਗੂ ਨੇ ਆ ਇਦਾਂ ਦੇ ਵੀਡੀਓਜ਼ ਨੇ ਜਿਹੜੀਆਂ ਉਹ ਜੰਦ ਮਿਲੀਅਨ ਮਿਲੀਅਨ ਦੋ ਦੋ ਮਿਲੀਅਨ ਸਨੈਪਸ਼ਾਟ ਤੇ ਚਲੇ ਜਾਂਦੇ ਆ ਸੋ ਤਾਂ ਮੈਂ ਪਾਈਆਂ ਦੇ ਨਾਲ ਬੇਬੇ ਨੇ ਪਹਿਲਾਂ ਵੀ ਗੱਲ ਇਹ ਤੂੰ ਕਹਿੰਦੀ ਸੀਗੀ ਤਾਂ ਮੈਂ ਤਾਂ ਉਹਦਾ ਫੋਨ ਕੱਢਿਆ ਮੈਂ ਕਿ ਦੇਖਾਂ ਸੀ ਬੇਬੇ ਕੀ ਕੀ ਬੋਲੂਗੀ ਹੁਣ ਸੋ ਆ ਸੇਮ ਨੇਚਰ ਆ ਰਿਸ਼ਵਨ ਦਾ ਸਾਰਿਆਂ ਨਾਲ ਮਤਲਬ ਸਾਰੇ ਜਣੇ ਇੰਨਾ ਪਿਆਰ ਕਰਦੇ ਆ ਉਹਨਾਂ ਨੂੰ ਤੇ ਸਾਰਿਆਂ ਨੂੰ ਮਤਲਬ ਇੱਜ਼ਤ ਮਾਣੀ ਤੇ ਮੈਂ ਬਖਸ਼ ਦੇ ਆਇਆ ਨਾ ਮੈਨੂੰ ਕਹਿਤਾ ਸੀਂ ਜੇ ਕਹਿੰਦੇ ਆ ਕੇ ਨਾ ਮੰਝਾ ਢਾਲਿਓ ਨਾਲ ਅੱਛਾ ਹਣਾ ਠੀਕ ਮਾੜਾ ਕੜੀਸ ਕੇ ਨੂੰ ਲੈ ਕੇ ਆਉਣਾ ਕਹਿੰਦੇ ਮਾੜਾ ਜਾ ਕੜੀਸ ਕੇ ਕਹਿੰਦੇ ਨਹੀਂ ਚੱਲ ਨਹੀਂ ਪੂਰਾ ਨਹੀਂ ਚੱਕਿਆ ਜਾਂਦਾ ਮਾੜਾ ਜਾ ਕੜੀਸ ਕੇ ਮੈਂ ਕਿਹਾ ਚੱਕਿਆ ਹੀ ਨਹੀਂ ਜਾਂਦਾ ਬਹੁਤ ਹੈਵੀ ਸੀਗਾ ਅ ओरिजिनल ਮੰਜਾ ਮੈਮ ਆਏ ਹੈ ਨਾ ਮੈਮ ਕਹਿੰਦੇ ਮੈਂ ਦੇਖਾਂ ਕਿ ਕਿੰਨਾ ਕੁ ਪਾਰਾ ਫਿਰ ਉਹਨਾਂ ਨੇ ਅਮਰਜੀਤ ਦੀ ਕਲਾਸ ਲਾਉਂਦੇ ਸੀ ਸਾਡੇ ਡਾਇਰੈਕਟਰ ਨੇ ਕਹਿੰਦੀ ਆ ਕੀ ਝਕਾਉਣ ਨੂੰ ਫਿਰਦੇ ਮੈਨੂੰ ਓਕੇ ਨੈਕਸਟ ਵੀਡੀਓ ਮੁਰਫੀ ਦੀ ਵੀ ਹਾਲਤ ਕਰਾਪ ਕਰਤੀ ਉਹਨੇ ਕੀ ਬਾਤ ਹੈ ਮੈਂ ਅੱਜ ਦੇ ਕੀ ਹੈ ਅੱਛਾ ਇਹ ਤਾਂ ਬਹੁਤ ਪਹਿਲਾਂ ਬਾਈ ਸੀ ਉਹਨੇ ਉਹ ਵੈਸੇ ਵੀ ਓਵਰ ਐਕਟਿੰਗ ਕਰਦਾ ਦੇਖਿਓ ਪੂਰੀ ਵੀਡੀਓ ਚ ਕੀਤੀ ਹੋਈ ਆ ਬਟ ਆ ਵੀਡੀਓ ਨੂੰ ਸੱਚੀ ਇਹੋ ਜਿਹੇ ਰਿਐਕਸ਼ਨਸ ਮਿਲੇ ਸੀ ਨਾ ਮੈਨੂੰ ਬਲੀਵ ਨਹੀਂ ਹੋਇਆ ਸੀ ਜਦ ਕਿ ਮੈਨੂੰ ਇੱਕ ਰਾਤ ਪਹਿਲਾਂ ਖੈਰਾਵਾ ਜੀ ਨੇ ਆਹ ਵੀਡੀਓ ਭੇਜੀ ਜਦ ਕਿ ਮੈਂ ਜਦੋਂ ਮੈਂ ਵੀਡੀਓ ਦੇ ਸ਼ੂਟ ਤੇ ਵੀ ਗਈ ਨਾ ਮੈਂ ਸਿਰਫ ਕਿਉਂਕਿ ਐਮੀ ਦਾ ਫੋਨ ਆਇਆ ਸੀ ਮੈਂ ਗਈ ਸੀ ਨਾ ਮੈਨੂੰ ਪੁੱਛਿਆ ਕੀ ਗਾਣਾ ਮੈਨੂੰ ਕੁਝ ਵੀ ਨਹੀਂ ਪਤਾ ਸੀ ਆਪਾਂ ਜਦੋਂ ਪੰਜ ਸ਼ਾਟ ਲੈ ਲਏ ਮੈਂ ਅੰਦਰ ਬੈਠੀ ਸੀ ਮੈਂ ਸੋਰੀ ਸੀ ਕਿਉਂਕਿ ਰਾਤ ਦੇ 2 ਵਜੇ ਸੀ ਆਪਾਂ ਰਾਤ ਨੂੰ ਸ਼ੂਟ ਕਰਦੇ ਸੀ ਮੈਂ ਸ਼ੂਟ ਤਾਂ ਆਏ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਗਾਣੇ ਤਾਂ ਸੁਣ ਲਓ ਕਹਿੰਦਾ ਜਿਹੜਾ ਗਾਣਾ ਸ਼ੂਟ ਕਰ ਰਹੇ ਉਹ ਤਾਂ ਸੁਣ ਲਓ ਮੈਂ ਕਿਹਾ ਓਕੇ ਚਲੋ ਭੇਜ ਦਿੰਨੇ ਮੈਨੂੰ ਗਾਣਾ ਭੇਜ ਜਾ ਹੈਨਾ ਇਨ ਐਕਸਾਈਟਡਲੀ ਮੈਨੂੰ ਪੁੱਛਿਆ ਕਹਿੰਦਾ ਕਿਵੇਂ ਲੱਗਿਆ ਹਾਂ ਮੈਂ ਕਿਹਾ ਹਾਂ ਕੀ ਆ ਅੱਛਾ ਮੈਂ ਕਿਹਾ ਕੀ ਬਣਾਈ ਨੰਦ ਤੂੰ ਆ ਤਾਂ ਮੈਂ ਕਿਹਾ ਬਹੁਤ ਹੀ ਬੋਰਿੰਗ ਆਣਾ ਹਾਂ ਹੈਨਾ ਬਸ ਬਹੁਤ ਸੈਡ ਗਾਣਾ ਯਾਰ ਮੈਨੂੰ ਤਾਂ ਨਹੀਂ ਸਮਝ ਆ ਰਿਹਾ ਦੇ ਪਰ ਜਦੋਂ ਆ ਵੀਡੀਓ ਰਿਲੀਜ਼ ਹੋਈ ਹੈਨਾ ਲੋਕਾਂ ਨੇ ਹੋ ਜੇ ਰਿਐਕਸ਼ਨਸ ਦਿੱਤੇ ਮਤਲਬ ਆ ਵੀਡੀਓ ਆਈ ਥਿੰਕ ਪਹਿਲਾ ਦਿਨ ਹੀ ਸੁਪਰ ਡੁਪਰ ਹਿੱਟ ਹੋ ਗਈ ਸੀ ਬਹੁਤ ਨੈਕਸਟ ਲੈਵਲ ਆ ਗਾਣੇ ਨੇ ਚੱਕਿਆ ਸੀ ਕੰਮ ਹਾਂ

ਰੀਅਲ ਲਾਈਫ ਚ ਵੀ ਅਦਾ ਹੁੰਦਾ ਰੀਅਲ ਲਾਈਫ ਚ ਆਪਾਂ ਇਹ ਜਿਹਾ ਹੋ ਜਾਈਏ ਹਾਂ ਬਸ ਬਹੁਤ ਸੇ ਵੀਡੀਓ ਸੀ ਇਹ ਤੁਹਾਡੇ ਤੋਂ ਪਹਿਲਾਂ ਮੈਂ ਸਰਗੁਨ ਤੋਂ ਪੁੱਛਣਾ ਚਾਹੂੰਗੀ ਕਿ ਇਹ ਕਿਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੁਨੀਆ ਨੂੰ ਕਹਿੰਦਾ ਤੂੰ ਹੀ ਚੁੱਪ ਕਰ ਜਾ ਮੈਂ ਤੁਹਾਨੂੰ ਦੱਸਾਂਗੀ ਕੀ ਕਰਨ ਲਾਈਫ ਚ ਕੁਝ ਜਣੇ ਬੋਲਦੇ ਸੀਗੇ ਮੈਨੂੰ ਸਟਾਰਟਿੰਗ ਦੇ ਵਿੱਚ ਹੀ ਨਾ ਕਿ ਕਿ ਤੂੰ ਕਹ ਲਗਾ ਲੱਗਾ ਫਿਰ ਤੂੰ ਕਹੀ ਸੀ ਸਹੀ ਸੀ ਉੱਥੇ ਦਾ ਲੱਗਾ ਤਾਂ ਤੂੰ ਕਹੀ ਸੀ ਹਾਂ ਸ਼ਟਾਰਟਿੰਗ ਦੇ ਵਿੱਚ ਦਾ ਚਲੋ ਮਤਲਬ ਸੱਟ ਜਾ ਬਹਿ ਗਿਆ ਮਾਲਕ ਨੇ ਮੇਰ ਕਰਤੀ ਫਿਰ ਉਦੋਂ ਮੁੜ ਕੇ ਵੀ ਚਲੋ ਠੀਕ ਹੈ ਚੱਲ ਗਿਆ ਕਿੰਨੀ ਮਿਹਨਤ ਸੀ ਤੂੰ ਪੂਰੇ ਤੇ ਪੂਰੇ ਸੀਨ ਦੁਬਾਰਾ ਸ਼ੂਟ ਨਹੀਂ ਕੀਤੇ ਕਿਹੜੇ ਵਾਲੇ ਅੰਗਰੇਜ਼ ਚ ਵੀ ਹਾਂ ਵੀ ਉਹ ਤੂੰ ਪੂਰੀ ਗੱਲ ਦੱਸਦਾ ਨਾ ਕਿਸੇ ਦੀ ਗੱਲ ਦੱਸਦਾ ਮੈਂ ਖੈਰ ਆ ਤਾਂ ਪੋਜ਼ ਮਾਰ ਰਿਹਾ ਮੈਂ ਤੇ ਕੋਈ ਕਹਿੰਦਾ ਵੀ ਚਲੋ ਠੀਕ ਹੈ ਜੀ ਗਾਣੇ ਆ ਗਏ ਗਾਣੇ ਗੁਣੇ ਚਲ ਚੁਲ ਗਏ ਵੀ ਫਿਲਮਾਂ ਫਿਲਮਾਂ ਜ ਨਹੀਂ ਆ ਸਕਦਾ ਫਿਲਮ ਵੀ ਫਿਲਮਾਂ ਚ ਵੀ ਆ ਗਏ ਫਿਲਮ ਸੈਕੰਡ ਲੀਡ ਆ ਗਏ ਕਰ ਸੈਕੰਡ ਲੀਡ ਆ ਗਿਆ ਲੀਡ ਲੂਟ ਤੇ ਨਹੀਂ ਕੋਈ ਸਨੇ ਫਿਲਮ ਦੇਣੀ ਉਹ ਵੀ ਆ ਗਈ ਜੀ ਫਿਰ ਕਹਿੰਦੇ ਵੀ ਆ ਇਨੇ ਜਣੇ ਹੁੰਦੇ ਆ ਫਿਲਮ ਚ ਜਦੋਂ ਕੱਲਾ ਕਰੂਗਾ ਉਦੋਂ ਦੇਖਾਂਗੇ ਫਿਰ ਕਿਸਮਤ ਵੀ ਹੋ ਗਈ ਜੀ ਜਿੱਚ ਅਸੀਂ ਦੋਨੇ ਸੀਗੇ ਫਿਰ ਕਹਿੰਦੇ ਵੀ ਬਾਲੀਵੁੱਡ ਦਲਜੀਤ ਭਾਈ ਜੀ ਚਲ ਗਏ ਇਹਨੂੰ ਕਿਸੇ ਕਿੰਨੇ ਲੈਣਾ ਪੈਂਡੂ ਜਦੋਂ ਹੈਗਾ

ਮੈਂ ਬਹੁਤ ਬਲੀਵ ਕਰਦੀ ਆ ਜੀ ਸਿਰਫ ਮਿਹਨਤ ਨਾਲ ਕੁਝ ਨਹੀਂ ਹੁੰਦਾ ਰੱਬ ਵੀ ਤੁਹਾਡਾ ਸਾਥ ਦਿੰਦਾ ਹੈ ਹਨਾ ਰਾਈਟ ਟਾਈਮ ਤੇ ਰਾਈਟ ਜਗ੍ਹਾ ਤੇ ਹੋਣਾ ਰਾਈਟ ਬੰਦਿਆਂ ਦੇ ਨਾਲ ਹੋਣਾ ਰਾਈਟ ਚੀਜ਼ ਗੈਨਿਉ ਸਾਰਾ ਕੁਝ ਮੈਟਰ ਕਰਦਾ ਹੈ ਤਾਂ ਹੀ ਮੈਂ ਮੈਨੂੰ ਲੱਗਦਾ ਜਦੋਂ ਆਪਾਂ ਬਹੁਤ ਆਪਦਾ ਦਿਮਾਗ ਲਾ ਕੇ ਡਿਸੀਜਨ ਲੈਣੇ ਆ ਨਾ ਆਪਾਂ ਗਲਤ ਜਾ ਸਕਦੇ ਆ ਬਟ ਜਦੋਂ ਆਪਾਂ ਸਰੈਂਡਰ ਕਰ ਦਿੰਨੇ ਆ ਹਨਾ ਉਦੋਂ ਆਪਾਂ ਕਦੇ ਗਲਤ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਮਾਲਕ ਆ ਜਿਹੜਾ ਤੁਹਾਡਾ ਰੱਬ ਆ ਉਹ ਤੁਹਾਨੂੰ ਕਦੇ ਗਲਤ ਨਹੀਂ ਜਾਣ ਦੇਊਗਾ ਤਾ ਮੈਂ ਤਾਂ ਹੀ ਮੈਨੂੰ ਲੱਗਦਾ ਉਹੀ ਮੇਰਾ ਇਲਾਕਾ ਤਾਂ ਹੀ ਮੈਂ ਟਾਸ ਕਰ ਲੈਨੇ ਆ ਹਾਂ ਜਦੋਂ ਮੇਰਾ ਦਿਮਾਗ ਨਾ ਚੱਲੇ ਨਾ ਕਿ ਕੀ ਰਾਈਟ ਆ ਕੀ ਰੋਂਗ ਆ ਜਾਂ ਮੈਨੂੰ ਕਨਫਿਊਜ਼ਨ ਹੋਵੇ ਕੁਝ ਕੁਝ ਪ੍ਰੋਜੈਕਟਸ ਦੇਖੋ ਕਨਫਿਊਜ਼ਨ ਨਹੀਂ ਹੁੰਦੀ ਜਿਵੇਂ ਸੌਂਕਨ ਜਿਹੇ ਪ੍ਰੋਜੈਕਟਸ ਮੈਨੂੰ ਬਿਲਕੁਲ ਕਨਫਿਊਜ਼ਨ ਨਹੀਂ ਸੀ ਫਿਲਮ ਸੁਣੀ ਮੇਰੇ ਦਿਲ ਨੂੰ ਲੱਗੀ ਮੈਂ ਕੀ ਕਰਨੀ ਆ ਹਾਂ ਹਾਂ ਕਿਸਮਤ ਸੁਣੀ ਮੈਂ ਪਹਿਲੇ ਦਿਨ ਹੀ ਰੋ ਰਹੀ ਸੀ ਮੈਨੂੰ ਪਤਾ ਸੀ ਕਰਨੀ ਆ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਨਾ ਪਰ ਕੁਝ ਫਿਲਮਾਂ ਹੁੰਦੀਆਂ ਜਿਹਦੇ ਤੇ ਤੁਹਾਨੂੰ ਆਪਣੇ ਆਪ ਨੂੰ ਇੱਕ ਵਾਰੀ ਫਰੋਲਣਾ ਪੈਂਦਾ ਕਿਉਂਕਿ ਹੁਣ ਤੁਸੀਂ ਕਰਪਟ ਹੋ ਗਏ ਆ ਤਦ ਨੂੰ ਲੋਕ ਕੀ ਕਹਿਣ ਲੱਗ ਗਿਆ ਕਿ ਯਾਰ ਪ੍ਰੋਜੈਕਟ ਵੱਡਾ ਨਹੀਂ ਹੀਰੋ ਵੱਡਾ ਨਹੀਂ ਯਾਰਾ ਹੀਰੋ ਦੀ ਫਿਲਮਾਂ ਨਹੀਂ ਚੱਲੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈ ਨਾ ਯਾਰ ਡਾਇਰੈਕਟਰ ਵੱਧੀਆਂ ਨਹੀਂ ਉਦੋਂ ਤੁਸੀਂ ਕਿਹਦੇ ਤੇ ਭਰੋਸਾ ਕਰੋਗੇ ਉਦੋਂ ਫਿਰ ਮੈਂ ਉਹਦੇ ਤੇ ਛੱਡ ਦਿੰਦਾ ਮੈਂ ਕਿਹਾ ਜੇ ਤੂੰ ਮੈਨੂੰ ਕਹਿ ਤਾ ਤਾਂ ਮਤਲਬ ਓਕੇ ਰਿਪੋਰਟ ਹੂੰ ਤਮੈਂ ਉਹੀ ਕਰ ਲਿਆ ਹਾਂ ਲਾਸਟ ਪਿਕਚਰ ਬਹੁਤ ਸੋਹਣੀ ਬੱਚੇ ਰਏ ਇਹ ਮੇਰੀ ਦਾਦੀ ਹੈ ਇਹਨਾਂ ਨਾਲ ਜੁੜੀ ਕੋਈ ਖਾਸ ਯਾਦ ਬਹੁਤ ਸਾਈ ਜੀ ਬਹੁਤ ਪਿਆਰੀ ਬੇਬੇ ਮਤਲਬ ਨਿਕੰਦੇ ਜਦੋਂ ਪੈਸੇ ਪੁਸੇ ਲੈਣੇ ਤਾਂ ਬੇਬੇ ਤਾਂ ਵੀ ਮੰਗ ਲੈਂਦੀ ਸੀਗੀ ਵਿਚਾਰੀ ਨਾਲ ਕਰੀ ਰਹਿਣਾ ਸਾਰਾ ਤਨ ਬੇਬੇ ਮਤਲਬ ਕਿਉਂਕਿ ਲਾਣੇਦਾਰ ਨਹੀਂ ਤਾਂ ਮੰਮੀ ਸੀ ਤੇ ਬੇਬੇ ਤਾਂ ਚਲੋ ਬਜ਼ੁਰਗ ਸੀ ਸਾਰੀ ਵਿਚਾਰੀ ਤੇ ਮਤਲਬ ਇੱਕ ਹੁੰਦੀ ਨਾ ਮਤਲਬ ਬਹੁਤ ਹੀ ਪਿਆਰੀ ਰੂਹ ਮਤਲਬ ਹਮੇਸ਼ਾ ਸ਼ੁਕਰਾਨੇ ਕਰਨਾ ਰੱਬ ਦਾ ਉਹ ਸੀ ਦਾਦੀ ਮੇਰੀ ਤੇ ਮਤਲਬ ਜਦੋਂ ਚਲੋ ਡੈਥ ਵੀ ਡੈਥ ਵੀ ਅੱਕਦਮ ਹੀ ਮੋੜ ਬੜੀ ਸੌਖੀ ਜੀ ਮੌਤ ਆ ਗਈ ਸੀ ਕਿਸੀ ਬੜੀ ਬਹੁਤ ਘੱਟ ਬੰਦੇ ਨੂੰ ਸੌਖੀ ਜੀ ਮੌਤ ਆਉਂਦੀ ਲੋਕੀ ਕਹਿੰਦੇ ਤਾਂ ਮਤਲਬ ਜਿਵੇਂ ਉਹਨਾਂ ਨਾ ਪੀ ਕੇ ਮਰਦੇ ਜਿਵੇਂ ਸੋ ਮਾਤਾ ਮੇਰੀ ਬਹੁਤ ਪਿਆਰੀ ਸੀ ਸਾਰਿਆਂ ਨੂੰ ਜਿੰਨੇ ਵੀ ਇੰਡਸਟਰੀ ਚ ਲੋਕ ਜਾਂਦੇ ਸੀ ਜਿੰਨਾਂ ਨੇ ਵੀ ਮਿਲਣਾ ਸਾਰਿਆਂ ਨੇ ਬੜਾ ਪਿਆਰ ਕਰਨਾ ਬੀਬੀ ਨੂੰ ਵੀ ਬੀਬੀ ਨੇ ਵੀ ਸਾਰਿਆਂ ਨੂੰ ਮਤਲਬ ਬਹੁਤ ਪਿਆਸਤ ਕਰ ਦਿੱਤਾ ਤੇ ਹਮੇਸ਼ਾ ਧੰਨਵਾਦ ਕੀਤਾ ਰੱਬ ਦਾ ਤੇ ਮੈਨੂੰ ਬੜੀ ਅਨੰਦ ਦਿਤਿਆ ਅੰਜ ਮੰਜ ਇਸ ਤੱਕ ਹੈਗਾ ਦਾ ਮੇਰੀ ਦਾਦੀ ਨੇ ਬਹੁਤ ਦਵਾਵਾ ਮੈਨਾਂ ਤੇ ਇਨਫੈਕਟ ਦਾਦੀ ਮੇਰੀ ਨੇ ਮੈਨੂੰ ਜਿਹੜੇ ਮਾਈਏ ਨਹੀਂ ਹੁੰਦੇ ਕਿਉਂਕਿ ਪੁਰਾਣੇ ਕਲਚਰ ਦੇ ਵਿੱਚ ਆਪਣੇ ਮਾਈਏ ਪੁਰਾਣੇ ਕੰਪੋਜੀਸ਼ਨਸ ਯੇ ਉਹ ਦਾਦੀ ਮੇਰੀ ਨੇ ਬਹੁਤ ਮਤਲਬ ਮੈਨੂੰ ਲਿਖਵਾ ਕੇ ਦਿੱਤੇ ਸੀਗੇ ਮੈਂ ਉਹ ਯਾਦ ਕੀਤੇ ਮੈਂ ਸ਼ੋਜ਼ ਦੇ ਵਿੱਚ ਗਾਇਆ ਮਤਲਬ ਅੱਧੇ ਅੱਧੇ ਘੰਟੇ ਦਾ ਮਤਲਬ ਦਾਦੀ ਨੇ ਮੈਨੂੰ ਮੈਟ੍ਰਿਕ ਲਿਖ ਕੇ ਦਿੱਤਾ ਸੀ ਹਾਂ ਤੇ ਗਾਣੇ ਯਾਦ ਪੁਰਾਣੇ ਹਨਾ ਸਿੱਠਣੀਆਂ ਬੋਲੀਆਂ ਮਾਈਏ ਲਾਲੋ ਜਿਹੜੇ ਆ ਸੁਹਾਗ ਲਾਲੋ ਅੱਛਾ ਸੋ ਉਹ ਸਾਰੀਆਂ ਚੀਜ਼ਾਂ ਦਾਦੀ ਤੋਂ ਮੈਂ ਸਿੱਖਿਆ ਵੱਡਿਆਂ ਦੀਆਂ ਦੁਆਵਾਂ ਵੀ ਬਹੁਤ ਲੱਗਦੀਆਂ ਨੇ ਜੀ 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 ਐਂਡ ਹੁਣ ਤੁਹਾਡੇ ਦੋਵਾਂ ਲਈ ਇੱਕ ਖਾਸ ਸਰਪ੍ਰਾਈਜ਼ ਹੈ ਸਾਡੇ ਲਈ ਹੈਵ ਅ ਲੁੱਕ ਉਹ ਲੋਵੀ ਵੀਰੋ ਇਹ ਕਹਾਣੀ ਇੱਕ ਐਸੇ ਸੂਰਮੇ ਦੀ ਜਿਹਨੇ ਦੋ-ਦੋ ਵਿਆਹ ਕਰਾ ਕੇ ਆਪਣੇ ਪੈਰਾਂ ਦੇ ਹੇਠਲੀ ਜ਼ਮੀਨ ਹਿਲਾਈ ਪਈ ਹੈ ਤੇ ਦਲੇਰੀ ਵਾਲੀ ਪੂਰੀ ਹੱਤ ਕਰਾਈ ਪਈ ਹੈ ਤੇ ਇਸ ਨੌਜਵਾਨ ਗੱਭਰੂ ਦੀ ਕਹਾਣੀ ਕੁਝ ਮਾਡਰਨ ਅੰਦਾਜ਼ ਵਿੱਚ ਇਉ ਬਿਆਨ ਕਰਦੇ ਆਂ ਕਿ ਖੜਕਣ ਵੱਜਦੀਆਂ ਸਟਾਣੇ ਓਝੜ ਸਭ ਨਾਲ ਪਾਉਂਦੀਆਂ ਰਹਿੰਦੀਆਂ ਰੋੜਾ ਨੇ ਧੋਖ ਦਿਨਾ ਵਿੱਚ ਮਿੱਤਰਾ ਹੋ ਜੂ ਬੋੜਾਵੇ ਓ ਮੇਰਾ ਕੀ ਕਜ਼ੂਰ ਰ ਕਾਨੇ ਜਾਂ ਤਾਂ ਹੈ ਦਸਤੂਰ ਰ ਕਾਨੇ ਜੇ ਬਿਆਨ ਕਰਾਉਂਦਾ ਫਿਰ ਛੜੇ ਮਾਰੇ ਐਨੀ ਤੇ ਝੜੇ ਸਾਰੇ ਐਨੀ ਨਾਲ ਰਾਲੇ ਮਾਰੇ ਐਨੀ ਇਨਾਂ ਸੌਂਕਣਾ ਦੇ ਤਾਨੇ ਮੈਂ ਕਿੱਸਾ ਹੈ ਬਾੜੇ ਐਨੀ ਮੈਂ ਕਿੱਸਾ ਹੈ ਬਾੜੇ ਐਨੀ ਮੈਂ ਕਿੱਸਾ ਹੈ ਬਾੜੇ ਐਨੀ ਇਨਾਂ ਸੌਂਕਣਾ ਦੇ ਤਾਨੇ ਮੈਂ ਕਿੱਸਾ ਹੈ ਕਜਹਿ ਵਾਲੀ ਐਨੀ ਮੇ ਕਜਹਿ ਵਾਲੀ ਐ ਵੈਰੀ ਗੁੱਡ ਗਾਇਆ ਵੀ ਬਹੁਤ ਪਿਆਰਾ ਬਾਈ ਬਹੁਤ ਸੋਹਣਾ ਗਾਇਆ ਸੋ স্ਕੇਲ ਕਾਫੀ ਉੱਚਾ ਸੀ ਬਹੁਤ ਵਧੀਆ ਯਾਰ ਬਹੁਤ ਅੱਗੇ ਬਣਾਇਆ ਥੈਂਕ ਯੂ ਸੋ ਮਾਚ ਥੈਂਕ ਯੂ ਫॉर ਕਮਿੰਗ ਟੂ ਆਰ ਸ਼ੋ ਐਂਡ ਇਨ ਲਾਸਟ ਤੁਸੀਂ ਫਿਲਮ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਬਸ ਇਹ ਬੇਨਤੀ ਹੈ ਤੁਹਾਨੂੰ ਤੁਸੀਂ ਆਪਣੇ ਪਰਿਵਾਰਾਂ ਨਾਲ ਜਾਇਓ ਤੁਸੀਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਾਲ ਲੈ ਜਾ ਸਕਦੇ ਹੋ ਤੇ ਤੁਹਾਨੂੰ 2.5 ਘੰਟੇ ਜੇ ਸਾਹ ਵੀ ਆ ਗਿਆ ਇਸੇ ਵੱਲੋਂ ਤੇ ਤੁਸੀਂ ਅਗੇ ਸਾਨੂੰ ਫੜ ਲਿਓ ਐਂਸਰ ਗੁੱਡ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਹੁਤ ਰੈਰਲੀ ਹੁੰਦਾ ਹੈ ਕਿ ਇੱਕ ਆਰਟਿਸਟ ਆਪ ਗਾਰੰਟੀ ਜੀ ਲੈਂਦਾ ਇਸ ਗੱਲ ਦੀ ਕਿ ਹਨਾ ਆਪਾਂ ਤੁਹਾਨੂੰ ਹਸਾਵਾਂਗੇ ਯੂਜੂਲੀ ਸਾਡੇ ਦਿਮਾਗ 'ਚ ਵੀ ਆਈ ਹੁੰਦਾ ਕਿ ਪਤਾ ਨਹੀਂ ਆਪਾਂ ਕਹਿ ਦਈਏ ਤੇ ਲੋਕਾਂ ਨੂੰ ਹਾਸਾ ਨਾ ਆਵੇ बट इस पखों आप पूरा पूरा गरंटी ले रहे हैं कि किओगे तो खूब हसोंगे स्ट्रैस फ्री होके बहार आओगे आपके घरद्या लेके जाओ मैं तो लगता बुजुर्ग ने भी आ फिल्म बहुत इंजॉय करनी है है ना बच्चों ने बजुर्गों ने फ्रेंड्स ने थैंक यू सो मच थैंक यू एंड थैंक यू फॉर वॉचिंग आ शो सब पता है सत श्रीकाल ਆਪਣੀਆਂ ਫੇਵਰਿਟ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ